पंजाबी रेडियो USA सुन रहे सारे ही माणयोग अते सत्कारित श्रोतियां नूं पंजाबी रेडियो USA दी टीम अते मेरे राजकरणवीर सिंह वल्लों आप जी नूं बहुत प्यार सत्कार सहित दोनों हाथ जोड़ के निघी जिही सति श्री अकाल सब नूं जीआं नूं आखदे हां। सो तों प्रोग्राम खबर ते नज़र दे विच आप सब दा निघा स्वागत है। अज 15 मई दिन सोमवार ते साडे नाल जुड़ चुके ने सवेर दे खबर ते नज़र प्रोग्राम दे विच मिंटू गुरुसरिया जी मलोट स्टूडियोज़ तों। मिंटू जी निघी जी आयां नूं प्यार भरी सति श्री अकाल गुरविंदर सिंह अवतार सिंह चांदी आरनो एक्सप्रेस वाले कोचैला तो अमरजीत सिंह दसांझ यूबा सिटी तो तारा सिंह जी सुचा सिंह जी फ्रेजनो तो जस्सी गिल लाली सिद्धू जी बेकरसफील्ड तो प्रीतम सिंह गिल तलविंदर सिंह गिल बेकरसफील्ड तो इन सारियां दा बहुत बहुत धन्यवाद। जेकर तुसी या कोई होर कारोबार इस प्रोग्राम नूं स्पॉन्सर करना चाहुंदे हो वो संपर्क करो नंबर 408-722-7698 दे उत्ते। ते मिंटू जी गलबात दा सिलसिला आपां शुरू करदे हां। भारत अते पाकिस्तान अंतरराष्ट्रीय अदालत दे विच आमो सामने होए। देखो जी एक जिंदगी दा ते लगी है उस जिंदगी जिहड़ी दा ते लगी उहनूं बचाउण लई भारत आखरी दा चलन दिया। इस दा दी सफलता लई दुआ भी होण दई है। कूटनीति दी दाब दबाव भी चलदी पई है। सारे पासे जोर अजमाइश होण दई है। अज हेग दे विच सुनवाई सीगी हॉलैंड दी हेग दे विच जदों एक कौमांतरी अदालत लगी सारे देश दीआं नज़रां उधर सन कि भारत अपना पक्ष उत्थे किस तरह रखदा। इन्हां ने पक्ष बड़े खूबसूरत ढंग दे नाल रख्या क्योंकि इन्होंने इको ही जिहड़ा उत्थे पैंतड़ा बनाया उस पैंतड़े ने काफी कुछ है जिहड़ा साफ कर दिता। इन्हों का पैंतड़ा यह सी कि जिहड़ी व्याना संधि हुई है जिहदे ते भारत ने भी दस्तखत किए आ पाकिस्तान ने भी किए आपसी सहमति आ उस संधि के मुताबिक जिहड़ी मद छत्ती दी एक आ उहदे तहत जिहड़ी सफारती इमदाद देनी चाहीदी है दोनों देशों दे विच जे कोई नागरिक फस जांदा है तां उह सफारती इमदाद इस बंदे नूं नहीं दित्ती गई। उन्होंने यह भी कहा कि असीं लगभग 16 वारी भारत ने उत्थे जाके कहा कि लगभग 16 वारी इन्हां नूं लिखती अपील कीती है चाराजोई कीती है कि सानूं भाई सफारती इमदाद इहनूं मुहैया करवाउण दिओ। इत्थों तक उह कहिंदे कि उहदे मां प्यो ने इच्छा जाहर कीती कि असीं अपने ਪੁੱਤ ਨੂੰ ਮਿਲ ਕੇ ਆਉਣਾ ਤੇ ਉਹਨੂੰ ਵੀਜ਼ਾ ਨਹੀਂ ਉਸ ਜੋੜੇ ਨੂੰ ਇਹਨਾਂ ਨੇ ਗ੍ਰਾਂਟ ਕੀਤਾ। ਇਸ ਤਰ੍ਹਾਂ ਦੀਆਂ ਸਾਰੀਆਂ ਦਲੀਲਾਂ ਜਿਹੜੀਆਂ ਉਹ ਇਸੇ ਆਧਾਰ ਤੇ ਸਨ ਕਿ ਇਹਨਾਂ ਨੇ ਵਿਆਨਾ ਸੰਧੀ ਦਾ ਉਲੰਘਣ ਕੀਤਾ। ਪਾਕਿਸਤਾਨ ਦਾ ਉੱਥੇ ਪੱਖ ਜਿਹੜਾ ਆਇਆ ਉਹਨਾਂ ਨੇ ਉਹੀ ਗੱਲ ਕਹੀ। ਭਾਰਤ ਨੇ ਕਿਹਾ ਕਿ ਇਹਨੂੰ ਇਰਾਨ ਦੇ ਵਿੱਚੋਂ ਅਗਵਾ ਕੀਤਾ ਗਿਆ ਤੇ ਬਲੂਚਿਸਤਾਨ ਦੇ ਵਿੱਚੋਂ ਇਹਦੀ ਗ੍ਰਿਫਤਾਰੀ ਵਿਖਾ ਦਿੱਤੀ ਗਈ। ਉਹਨਾਂ ਨੇ ਆਪਣਾ ਉਹੀ ਸਟੈਂਡ ਜਿਹੜਾ ਬਰਕਰਾਰ ਰੱਖਿਆ ਉਹ ਕਹਿੰਦੇ ਕਿ ਨਹੀਂ ਇਹ ਸਾਡੇ ਅੰਦਰੂਨੀ ਸੁਰੱਖਿਆ ਦੇ ਖਤਰਾ ਸੀ ਬੰਦਾ ਇਹਨੇ ਬਹੁਤ ਸਾਰੇ ਸਾਡੇ ਦੇਸ਼ ਦੇ ਵਿਰੁੱਧ ਕੰਮ ਕੀਤੇ ਉੱਥੇ ਆ ਕੇ ਅਸੀਂ ਇਹਨੂੰ ਬਲੂਚਿਸਤਾਨ ਦੇ ਵਿੱਚੋਂ ਫੜਿਆ। ਔਰ ਸਭ ਤੋਂ ਵੱਡੀ ਜਿਹੜੀ ਮਾਰ ਪਈ ਪਾਕਿਸਤਾਨ ਨੂੰ ਉਹ ਇਹ ਪਈ ਕਿ ਉਹਨਾਂ ਨੇ ਉੱਥੇ ਉਹਦੇ ਇਕਬਾਲੀਆ ਬਿਆਨ ਦੀ ਵੀਡੀਓ ਜਿਹੜੀ ਸੀ ਉਹ ਦਿਖਾਉਣ ਦੀ ਚਾਰਾਜੋਈ ਕੀਤੀ ਕਿ ਅਸੀਂ ਇਹਦੀ ਵੀਡੀਓ ਜਿਹੜੀ ਇਕਬਾਲੀਆ ਬਿਆਨ ਵਾਲੀ ਵਿਖਾਉਣੀ ਚਾਹਵਾਂਗੇ। ਇੱਥੇ ਅਦਾਲਤ ਨੇ ਮਨਾ ਕਰ ਦਿੱਤਾ। ਅਦਾਲਤ ਨੇ ਉਹਨਾਂ ਨੂੰ ਸਾਫ ਮਨਾ ਕਰ ਦਿੱਤਾ ਕਿ ਇਹ ਵੀਡੀਓ ਉੱਥੇ ਨਹੀਂ ਚਲਾਈ ਜਾਵੇਗੀ। ਪਾਕਿਸਤਾਨ ਦੀ ਉੱਥੇ ਇੱਕ ਬਹੁਤ ਵੱਡੀ ਕੂਟਨੀਤਿਕ ਹਾਰ ਸੀ। ਉਂਝ ਪਾਕਿਸਤਾਨੀ ਮੀਡੀਆ ਜਿਹੜਾ ਉਹ ਤੁਹਾਨੂੰ ਪਤਾ ਸ਼ੁਰੂ ਤੋਂ ਹੀ ਇਸ ਚੀਜ਼ ਦੇ ਪੱਖ ਦੇ ਵਿੱਚ ਆ ਕਿ ਕੁਲਭੂਸ਼ਣ ਜਾਧਵ ਨੂੰ ਜਿਹੜੀ ਸਜ਼ਾ ਉਹ ਹਰ ਹਾਲ ਦੇ ਵਿੱਚ ਹੋਣੀ ਚਾਹੀਦੀ ਹੈ। ਉਹਨੂੰ ਪਹਿਲਾਂ ਹੀ ਉਹਨਾਂ ਨੇ ਆਪਣੇ ਦੇਸ਼ ਦਾ ਦੁਸ਼ਮਣ ਐਲਾਨਿਆ ਹੋਇਆ। ਹੇਗ ਦੇ ਵਿੱਚੋਂ ਜੋ ਅੱਜ ਤਸਵੀਰ ਸਾਫ਼ ਹੋ ਕੇ ਨਿਕਲੀ ਹੈ ਥੋੜ੍ਹੀ ਬਹੁਤ ਉਹ ਇਹੋ ਦਰਸਾਉਂਦੀ ਹੈ ਕਿ ਉੱਥੇ ਪਾਕਿਸਤਾਨ ਨੇ ਜਿਹੜਾ ਸਟੈਂਡ ਅਪਣਾਇਆ ਉਹਦੇ ਮੁਕਾਬਲੇ ਜਿਹੜਾ ਭਾਰਤ ਦਾ ਇੱਕ ਤਰਕ ਹੈ ਭਾਰਤ ਦੀ ਇੱਕ ਦਲੀਲ ਹੈ ਉਹ ਵਜ਼ਨਦਾਰ ਲੱਗਦੀ ਹੈ। ਉਤਰਾ 18 ਸਾਲਾਂ ਬਾਅਦ ਦੋਵੇਂ ਦੇਸ਼ ਕੌਮਾਂਤਰੀ ਅਦਾਲਤ ਦੇ ਵਿੱਚ ਆਮੋ ਸਾਹਮਣੇ ਹੋਇਆ। ਇਸ ਵਾਰੀ ਵੀ ਭਾਰਤ ਦਾ ਜਿਹੜਾ ਪੈਂਤੜਾ ਉਹ ਕਿਤੇ ਨਾ ਕਿਤੇ ਪਾਕਿਸਤਾਨ ਦੇ ਨਾਲੋਂ ਮਜ਼ਬੂਤ ਲੱਗਦਾ ਕਿਉਂਕਿ ਹੋਰ ਕੋਈ ਅਪੀਲ ਦਲੀਲ ਭਾਰਤ ਦੀ ਨਹੀਂ ਸੀ ਚੱਲਣੀ, ਸਿਰਫ ਤੇ ਸਿਰਫ ਵਿਆਨਾ ਸੰਧੀ ਵਾਲੀ ਚੱਲਣੀ ਸੀ। ਔਰ ਉਹਦੇ ਵਿੱਚ ਕਿਉਂਕਿ ਉਹਨਾਂ ਨੇ ਸਫਾਰਤੀ ਇਮਦਾਦ ਨਹੀਂ ਦਿੱਤੀ ਜੋ ਕਿ ਹਰੇਕ ਕਿਸੇ ਵੀ ਮੁਲਜ਼ਮ ਦਾ ਹੱਕ ਆ, ਬੁਨਿਆਦੀ ਹੱਕ ਆ, ਉਹਨੂੰ ਮੁਹੱਈਆ ਨਹੀਂ ਕਰਵਾਇਆ ਗਿਆ। ਸੋ ਉਸ ਪੈਂਤੜੇ ਤੇ ਉਹ ਮਾਤ ਖਾਂਦੇ ਪਏ ਆ। ਉਂਝ ਜਿੱਥੋਂ ਤੱਕ ਰਾਜਕਰਨਵੀਰ ਸਿੰਘ ਜੀ ਇਸ ਫੈਸਲੇ ਦਾ ਸਵਾਲ ਆ
ਜੀ ਕੀ ਹੋਏਗਾ ਕੀ ਨਹੀਂ ਉਹ ਤੇ ਅੰਦਾਜ਼ਿਆਂ ਦੇ ਗਰਭ ਦੇ ਵਿੱਚ ਆ ਕਿ ਕਿਸ ਤਰ੍ਹਾਂ ਦੀ ਹੁਣ ਉੱਥੋਂ ਨਿਕਲ ਕੇ ਆਉਂਦੀ ਹੈ ਤਸਵੀਰ ਕਿਉਂਕਿ ਕੌਮਾਂਤਰੀ ਅਦਾਲਤ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਬਸ ਛੇਤੀ ਉਹ ਸੁਣਾ ਦੇਣਗੇ। ਉਸ ਤਰ੍ਹਾਂ ਜੇ ਆਪਾਂ ਦੇਖੀਏ ਕਿ ਬੇਸ਼ੱਕ ਭਾਰਤ ਦੇ ਹੱਕ 'ਚ ਫੈਸਲਾ ਆ ਵੀ ਦੇਵੇ ਕੋਰਟ ਦੇ ਵੀ ਦੇਵੇ ਤੇ ਪਾਕਿਸਤਾਨ ਸਰਕਾਰ ਉਸ ਨੂੰ ਪ੍ਰਵਾਨ ਕਰ ਵੀ ਲਵੇ, ਪਹਿਲੀ ਗੱਲ ਤਾਂ ਇਹ ਹੈ ਕਿ ਉੱਥੋਂ ਦੀ ਫੌਜ ਨੇ ਇਸ ਫੈਸਲੇ ਨੂੰ ਪਹੁੰਚਾਉਣਾ ਨਹੀਂ। ਜੇ ਪਹੁੰਚਾ ਵੀ ਲਿਆ ਤਾਂ ਵੀ ਜਾਧਵ ਦੀ ਜ਼ਿੰਦਗੀ ਉਹਨਾਂ ਦੇ ਰਹਿਮੋ ਕਰਮ ਤੇ ਰਹੇਗੀ। ਸਰਬਜੀਤ ਦੀ ਮਿਸਾਲ ਸਾਡੇ ਸਾਹਮਣੇ ਆ, ਭਾਰਤ ਜਦੋਂ ਇਹ ਕੂਟਨੀਤਿਕ ਲੜਾਈ ਜਿੱਤ ਰਿਹਾ ਸੀ ਤਾਂ ਉਹਨਾਂ ਨੇ ਉਹ ਮੁੱਦਾ ਹੀ ਮੁਕਾ ਦਿੱਤਾ ਜਿਹਦੇ ਤੇ ਲੜਾਈ ਹੋ ਰਹੀ ਸੀ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਅਗਲੀ ਆਪਾਂ ਗੱਲ ਕਰੀਏ, ਸ਼ਹੀਦ ਦੇ ਘਰ ਪਾਇਆ ਜੋਗੀ ਨੇ ਫੇਰ ਸਨਮਾਨ ਘੱਟ ਅਪਮਾਨ ਜ਼ਿਆਦਾ ਬਣਿਆ। ਦੇਖੋ ਇਹ ਯੋਗੀ ਦਾ ਜਿਹੜਾ ਫੇਰਾ ਸੀਗਾ ਸ਼ਹੀਦ ਦੇ ਘਰ, ਉਹ ਇਹਨੂੰ ਕਈ ਫੇਰਾਂ ਦੇ ਵਿੱਚ ਪਾ ਗਿਆ। ਅਸਲ ਦੇ ਵਿੱਚ ਕੀ ਆ ਕਿ ਪਿੱਛੇ ਜੇ ਦੋ ਸਿਰ ਕਲਮ ਕੀਤੇ ਗਏ ਸਨ ਪਾਕਿਸਤਾਨੀਆਂ ਵੱਲੋਂ, ਉਹ ਇੱਕ ਤੇ ਕੈਪਟਨ ਪਰਮਜੀਤ ਸਿੰਘ ਸਾਡੇ ਪੰਜਾਬ ਦਾ ਸੀ ਗੋਇੰਦਵਾਲ ਲਾਗੇ ਦਾ, ਜਿਹਦਾ ਨਾਲ ਦੂਸਰਾ ਬੀ ਐਸ ਐਫ ਦਾ ਜਵਾਨ ਸੀ ਪ੍ਰੇਮ ਸਾਗਰ, ਉਹ ਸੀ ਯੂਪੀ ਦਾ। ਜਦੋਂ ਇਹਨਾਂ ਦੋਨਾਂ ਸਰੀਰਾਂ ਦਾ ਸੰਸਕਾਰ ਹੋਣ ਲੱਗਾ ਇੱਥੇ ਪੰਜਾਬ ਦੇ ਵਿੱਚ ਤੇ ਹੋ ਗਿਆ, ਪਰ ਜਿਹੜਾ ਪ੍ਰੇਮ ਸਾਗਰ ਦਾ ਪਰਿਵਾਰ ਸੀ ਉਹ ਇਸ ਗੱਲ ਤੇ ਅੜ ਗਿਆ ਕਿ ਅਸੀਂ ਓਨੀ ਦੇਰ ਤੱਕ ਮ੍ਰਿਤਕ ਦੇਹ ਦਾ ਸੰਸਕਾਰ ਨਹੀਂ ਕਰਨਾ ਜਦੋਂ ਤੱਕ ਖੁਦ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਇੱਥੇ ਆਉਂਦਾ ਨਹੀਂ। ਹੁਣ ਤੁਰੰਤ ਫੁਰੰਤ ਉਹ ਨਹੀਂ ਸੀ ਆ ਸਕਦਾ, ਫਿਰ ਵੀ ਬਹੁਤ ਵੱਡੇ ਪ੍ਰਦੇਸ਼ ਦਾ ਉਹ ਮੁੱਖ ਮੰਤਰੀ ਆ ਜੀ। ਉਦੋਂ ਪ੍ਰਸ਼ਾਸਨ ਨੇ ਇਸ ਚਾਰਾਜੋਈ ਤੇ ਉਹਨਾਂ ਨੂੰ ਰਜਾਮੰਦ ਕਰ ਲਿਆ ਕਿ ਭਾਈ ਤੁਸੀਂ ਇਸ ਤਰ੍ਹਾਂ ਕਰੋ, ਇੱਕ ਵਾਰੀ ਦੇਹ ਦਾ ਸੰਸਕਾਰ ਕਰੋ, ਅਸੀਂ ਤੁਹਾਡੇ ਨਾਲ ਵਚਨ ਕਰਦੇ ਹਾਂ ਕਿ 15 ਦਿਨਾਂ ਦੇ ਅੰਦਰ ਅੰਦਰ ਯੋਗੀ ਆਦਿੱਤਿਆਨਾਥ ਤੁਹਾਨੂੰ ਆ ਕੇ ਇੱਥੇ ਘਰੇ ਮਿਲ ਕੇ ਜਾਣਗੇ। ਸੋ ਯੋਗੀ ਆਦਿੱਤਿਆਨਾਥ ਨੇ ਜਿਹੜੀ ਜ਼ਬਾਨ ਕੀਤੀ ਸੀ ਪ੍ਰਸ਼ਾਸਨ ਨੇ ਉਸ ਜ਼ਬਾਨ ਨੂੰ ਪੂਰਿਆ ਕੀਤਾ, ਖਰਿਆ ਕੀਤਾ। ਯੋਗੀ ਆਦਿੱਤਿਆਨਾਥ ਆਇਆ ਉਸ ਘਰ ਦੇ ਵਿੱਚ ਜਦੋਂ ਯੋਗੀ ਆਦਿੱਤਿਆਨਾਥ ਨੇ ਆਉਣਾ ਸੀ ਤੇ ਉਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਆ ਕੇ ਬੜੀ ਚੰਗੀ ਪੱਧਰ ਤੇ ਤਿਆਰੀਆਂ ਕੀਤੀਆਂ। ਤਿਆਰੀਆਂ ਇਹ ਕੀਤੀਆਂ ਕਿਉਂਕਿ ਘਰ ਸਧਾਰਨ ਸੀ, ਤੁਹਾਨੂੰ ਪਤਾ ਹੀ ਆ ਜਵਾਨਾਂ ਦੇ ਘਰ ਤੇ ਕਿਸਾਨਾਂ ਦੇ ਘਰ ਕਿਹੋ ਜਾਂਦੇ ਆ। ਸੋ ਉਹ ਜਵਾਨ ਦਾ ਘਰ ਸਧਾਰਨ ਸੀਗਾ, ਉਸ ਘਰ ਨੂੰ ਲਿਸ਼ਕਾਇਆ ਗਿਆ, ਪਿਛਕਾਇਆ ਗਿਆ, ਇੱਥੋਂ ਤੱਕ ਕਿ ਜਿਹੜੇ ਹੋਲ ਹੁੰਦੇ ਆ ਗਲੀਆਂ ਦੇ ਵਿੱਚ ਟੱਕਣ ਹੁੰਦੇ ਸੀਵਰੇਜ ਦੇ, ਇਹ ਵੀ ਢੱਕੇ ਗਏ, ਨਵੇਂ ਪਾਏ ਗਏ। ਔਰ ਜਦੋਂ ਯੋਗੀ ਆਦਿੱਤਿਆਨਾਥ ਨੇ ਆਉਣਾ ਸੀ ਠੀਕ ਉਸ ਤੋਂ ਪਹਿਲਾਂ ਉਸ ਜਵਾਨ ਦੇ ਘਰ ਦੇ ਵਿੱਚ ਸੋਫੇ ਲਾਏ ਗਏ, ਗਲੀਚੇ ਵਿਛਾਏ ਗਏ, ਇੱਥੋਂ ਤੱਕ ਕਿ ਇੱਕ ਮੇਜ ਵੱਖਰਾ ਲਿਆਂਦਾ ਗਿਆ ਜਿਹਦੇ ਤੇ ਗੇਰਵਾ ਰੰਗ ਦਾ ਉਹਨਾਂ ਨੇ ਵਿਛਾਇਆ ਕੱਪੜਾ, ਹੋਰ ਵੀ ਬਹੁਤ ਕੁਛ ਸੀਗਾ, ਇੱਥੋਂ ਤੱਕ ਕਿ ਪਾਣੀ ਵੀ ਯੋਗੀ ਆਦਿੱਤਿਆਨਾਥ ਦਾ ਉਹ ਲੈ ਕੇ ਆਏ। ਯੋਗੀ ਆਦਿੱਤਿਆਨਾਥ ਉੱਥੇ 24 ਕੁ ਮਿੰਟ ਰਿਹਾ ਮੇਰੇ ਖਿਆਲ ਦੇ ਨਾਲ, ਨਹੀਂ 14 ਕੁ ਮਿੰਟ ਰਿਹਾ ਯੋਗੀ ਆਦਿੱਤਿਆਨਾਥ ਦਾ। ਉਹ 14 ਮਿੰਟ ਦਾ ਦੌਰਾ ਸੀ ਜਿਹੜਾ, ਉਸ ਦੌਰੇ ਨੂੰ ਆਰਾਮਦਾਇਕ ਕਰਨ ਲਈ ਇੱਕ ਏਸੀ ਵੀ ਲਾਇਆ ਗਿਆ ਉਹਦੇ ਘਰ, ਉਸ ਜਵਾਨ ਦੇ ਘਰ। ਜਦੋਂ ਯੋਗੀ ਆਦਿੱਤਿਆਨਾਥ 14 ਮਿੰਟ ਦੀ ਫੇਰੀ ਪਾ ਕੇ ਨਿਕਲਿਆ ਤੇ 16ਵਾਂ ਮਿੰਟ ਨਹੀਂ ਸੀ ਹੋਇਆ, ਉੱਥੋਂ ਦੇ ਪ੍ਰਸ਼ਾਸਨ ਨੇ ਉਹ ਜਿਹੜਾ ਗਲੀਚਾ ਵਿਛਾਇਆ ਸੀ ਉਹ ਵੀ ਲਪੇਟ ਲਿਆ, ਜਿਹੜੇ ਸੋਫੇ ਸਨ ਉਹ ਵੀ ਲਪੇਟ ਲਏ, ਇੱਥੋਂ ਤੱਕ ਜਿਹੜਾ ਏਸੀ ਫਿੱਟ ਕੀਤਾ ਸੀ ਉਹ ਵੀ ਲਾ ਲਿਆ। ਉਹ ਸਾਰਾ ਪਰਿਵਾਰ ਹੱਕਾ ਬੱਕਾ ਰਹਿ ਗਿਆ ਕਿ ਇਹ ਸਾਡੇ ਨਾਲ ਕਿਸ ਤਰ੍ਹਾਂ ਦਾ ਮਜ਼ਾਕ ਕੀਤਾ ਜਾ ਰਿਹਾ, ਜੀ ਅਸੀਂ ਜਿਹੋ ਜਿਹੇ ਸਾਂ, ਠੀਕ ਆ, ਸਾਨੂੰ ਉਹੋ ਜਿਹੇ ਰਹਿਣ ਦਿੱਤਾ ਜਾਂਦਾ, ਆਹ ਜਿਹੜੇ ਸਾਡੇ ਘਰ ਦੇ ਆਲੇ ਦੁਆਲੇ ਯੰਤਰ ਫਿੱਟ ਕੀਤੇ ਗਏ, ਅਸੀਂ ਤੇ ਇਹਨਾਂ ਨੂੰ ਨਹੀਂ ਸੀ ਆਖਿਆ। ਇਹ ਤੇ ਬੜੀ ਨਮੋਸ਼ੀ ਆ ਕਿ ਲੋਕਾਂ ਦੇ ਸਾਹਮਣੇ ਇਹ ਏਸੀ ਫਿੱਟ ਕੀਤੇ ਗਏ, ਲੋਕਾਂ ਨੂੰ ਤੇ ਇਹ ਲੱਗਿਆ ਕਿ ਸ਼ਾਇਦ ਪੱਕੇ ਤੌਰ ਤੇ ਫਿਟਿੰਗ ਕੀਤੀ ਜਾ ਰਹੀ ਹੈ ਔਰ ਸ਼ਹੀਦ ਦੇ ਘਰ ਨੂੰ ਲਿਸ਼ਕਾਇਆ ਪਿਛਕਾਇਆ ਜਾ ਰਿਹਾ ਕਿ ਸੁਧਾਰ ਨਹੀਂ ਕਰ ਰਿਹਾ। ਸੋ ਉਸ ਪਰਿਵਾਰ ਨੇ ਫਿਰ ਬੁਰਾ ਮਨਾਇਆ, ਉਹ ਕਹਿੰਦੇ ਕਿ ਇਹਦੇ ਨਾਲੋਂ ਚੰਗਾ ਇਹ ਸੀ ਕਿ ਯੋਗੀ ਆਦਿੱਤਿਆਨਾਥ ਨੂੰ ਅਸੀਂ ਸੱਦਾ ਹੀ ਨਾ ਭੇਜਦੇ। ਔਰ ਯੋਗੀ ਆਦਿੱਤਿਆਨਾਥ ਵੀ ਇੱਕ ਵਾਰੀ ਇਹ ਗੱਲ ਨੀ ਕਹਿ ਕੇ ਇੱਥੇ ਆਇਆ ਕਿ ਭਾਈ ਏਡਾ ਸਧਾਰਨ ਕਰ ਰਿਹਾ ਤੇ ਮੈਨੂੰ ਵੀ ਸਧਾਰਨ ਮਾਹੌਲ ਦੇ ਵਿੱਚ ਇਸ ਤਰ੍ਹਾਂ ਦੀ ਮੁਲਾਕਾਤ ਜਿਹੜੀ ਕਰਵਾਉਣ ਦੀ ਤੁਸੀਂ ਰੱਖ ਦਿੰਦੇ, ਕੋਈ ਪ੍ਰਬੰਧ ਕਰਨ ਦੀ ਜ਼ਰੂਰਤ ਨੀ ਸੀ। ਇੱਕ ਵਾਰੀ ਵੀ ਨੀ ਕਿਹਾ, ਨਾ ਹੀ ਕਿਸੇ ਵੱਡੇ ਪ੍ਰਸ਼ਾਸਕ ਅਧਿਕਾਰੀ ਨੇ ਕਿਹਾ ਕਿ ਸਧਾਰਨ ਘਰ ਦੇ ਵਿੱਚ ਸਧਾਰਨ ਮੁਲਾਕਾਤ ਵੀ ਕੀਤੀ ਜਾ ਸਕਦੀ ਹੈ। ਵੀ ਆਈ ਪੀ ਟ੍ਰੀਟਮੈਂਟ ਉਸ ਘਰ ਦੇ ਵਿੱਚ ਨਹੀਂ ਸੀ ਦਿੱਤਾ ਜਾਣਾ ਚਾਹੀਦਾ ਜਿਸ ਘਰ ਦੇ ਵਿੱਚ ਹਾਲੇ ਕੁਛ ਦਿਨ ਪਹਿਲਾਂ ਕਹਿਰ ਦੀ ਮੌਤ ਹੋਈ ਹੈ, ਏਡੀ ਵੱਡੀ ਮੌਤ ਹੋਈ ਹੈ ਕਿ ਉਸ ਜਵਾਨ ਦਾ ਸਿਰ ਹੈ ਜਿਹੜਾ ਉਹ ਕਲਮ ਕਰਕੇ ਦੁਸ਼ਮਣ ਲੈ ਗਏ। ਸੋ ਉਸ ਯੋਗੀ ਆਦਿੱਤਿਆਨਾਥ ਦੀ ਫੇਰੀ ਨੇ ਸ਼ਹੀਦ ਦੇ ਪਰਿਵਾਰ ਨੂੰ ਸਨਮਾਨ ਘੱਟ ਦਿੱਤਾ, ਅਪਮਾਨ ਜ਼ਿਆਦਾ ਦਿੱਤਾ,
ਮੁੱਦਾ ਜਿਹੜਾ ਪੁੱਜਦਾ ਪੁੱਜਦਾ ਇਹਨਾਂ ਦੀਆਂ ਉਤਲੀਆਂ ਸਫ਼ਾ ਤੱਕ ਪਹੁੰਚਿਆ। ਇਹਨਾਂ ਦੇ ਇੱਕ ਮੰਤਰੀ ਨੇ ਅੱਜ ਬਿਆਨ ਦਿੱਤਾ, ਉਹਨੇ ਕਿਹਾ ਕਿ ਮੰਦਭਾਗਾ ਹੋਇਆ ਜੋ ਵੀ ਹੋਇਆ, ਪਰ ਕੀ ਕਰੀਏ ਇਹ ਪ੍ਰਸ਼ਾਸਕੀ ਗਲਤੀ ਹੈ। ਉਹਨਾਂ ਨੇ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ ਔਰ ਉਸ ਤੋਂ ਬਾਅਦ ਉਹਨਾਂ ਦੀ ਗਲਤੀ ਕਿ ਉਹਨਾਂ ਨੇ ਸਮਾਨ ਸਾਰਾ ਸਮਿਟ ਲਿਆ। ਪਰ ਹੁਣ ਉਹ ਜਿਹੜਾ ਪਰਿਵਾਰ ਆ ਉਹ ਕਾਫੀ ਗੁੱਸੇ ਦੇ ਵਿੱਚ ਆ। ਵਿਰੋਧੀ ਧਿਰਾਂ ਜਿਹੜੀਆਂ ਉਹ ਵੀ ਨਿਸ਼ਾਨੇ ਕਰਦੀਆਂ ਪਈਆਂ ਕਿ ਯੋਗੀ ਆਦਿੱਤਿਆਨਾਥ ਇਸੇ ਤਰ੍ਹਾਂ ਦਾ ਹੀ ਆ। ਹੁਣ ਉਹ ਜਿਹੜਾ ਪਰਿਵਾਰ ਵਾਲਾ ਵੀ ਪਰਿਵਾਰ ਵਾਲੇ ਆ ਉਹ ਵੀ ਕਹਿਣ ਡਏ ਆ ਕਿ ਜਿਹੜੇ ਦੂਰੋਂ ਨਗੀਨੇ ਸੀ ਡਲਕੇ ਬੜੇ, ਕੋਲੋਂ ਦੇਖੇ ਗਹਿਣੇ ਪਾਇਆ ਬੱਚਾ। ਬਹੁਤ ਕਹਾਣੀਆਂ ਨੇ ਗਰੀਬੀ ਦੀਆਂ ਔਰ ਉਹਨਾਂ ਕਹਾਣੀਆਂ ਚੋਂ ਜਦੋਂ ਕਦੇ ਇਹੋ ਜਿਹੀ ਕਹਾਣੀ ਸਾਹਮਣੇ ਆ ਜਾਂਦੀ ਹੈ ਤੇ ਵਾਕਿਆ ਰੂਹ ਕੰਬ ਜਾਂਦੀ ਹੈ। ਇਹ ਘਟਨਾ ਹੈ ਜਿਹੜੀ ਇਹ ਹੈ ਬੇਸਿਕਲੀ ਨਾਗਾਲੈਂਡ ਦੀ, ਨਾਗਾਲੈਂਡ ਦੀ ਜਿਹੜੀ ਰਾਜਧਾਨੀ ਹੈ ਦੀਮਾਪੁਰ, ਉੱਥੋਂ ਦੀ ਇੱਕ ਔਰਤ ਸੀ। ਉਹਦੇ ਪਤੀ ਦੀ ਮੌਤ ਹੋ ਗਈ 8 ਕੁ ਮਹੀਨੇ ਪਹਿਲਾਂ ਜੀ। ਜਦੋਂ ਮੌਤ ਹੋਈ ਘਰ ਦੇ ਵਿੱਚ ਇੰਨੀ ਜ਼ਿਆਦਾ ਮੁਫਲਸੀ ਸੀ, ਇੰਨੀ ਜ਼ਿਆਦਾ ਗੁਰਬਤ ਸੀਗੀ ਕਿ ਪਤੀ ਦਾ ਅੰਤਮ ਸੰਸਕਾਰ ਕਰਨ ਜੋਗੇ ਪੈਸੇ ਨਹੀਂ ਸਨ ਕਰੇ। ਹੋਇਆ ਕਿ ਉਸ ਬੀਬੀ ਨੇ ਇੱਕ ਬਾਣੀਏ ਦੇ ਨਾਲ ਗੱਲ ਕੀਤੀ, ਬਾਣੀਏ ਦੇ ਨਾਲ ਗੱਲ ਕੀਤੀ ਕਿ ਭਾਈ ਸਾਡਾ ਤੇ ਜਿਹੜਾ ਸੰਸਕਾਰ ਦਾ ਕੰਮ ਅੜਿਆ ਪਿਆ, 2000 ਰੁਪਇਆ ਸਾਨੂੰ ਚਾਹੀਦਾ। ਉਸ ਬਣੀਏ ਨੇ ਆਖਿਆ, ਉਹਨੇ ਆਖਿਆ ਕਿ 2000 ਰੁਪਇਆ ਲੈ ਜਾਓ ਪਰ ਬਦਲੇ ਚ ਰੱਖ ਕੇ ਕੀ ਜਾਓਗੇ। ਤੇ ਉਸ ਔਰਤ ਨੇ ਕਿਹਾ ਕਿ ਜੇ ਮੇਰੇ ਕੋਲ ਰੱਖਣ ਲਈ ਕੁਛ ਹੁੰਦਾ ਤੇ ਮੈਂ ਵੇਚ ਕੇ ਸਾਰਾ ਕੁਛ ਇਹ ਕਿਰਿਆ ਕਰਨ ਦਾ ਕੰਮ ਨਾ ਕਰ ਲੈਂਦੀ। ਪਰ ਉਹ ਬਣੀਆ ਸੀ, ਉਹਨੇ ਆਖਿਆ ਕਿ ਸਾਡਾ ਇੱਕ ਕੰਮ ਦਾ ਅਸੂਲ ਆ, ਅਸੀਂ ਬਿਨਾਂ ਗਹਿਣੇ ਰੱਖੇ ਤੋਂ ਇਹ ਉਧਾਰੀ ਨਹੀਂ ਦਿੰਦੇ। ਤੇ ਆਖਿਰ ਫਿਰ ਸੌਦਾ ਉਸ ਥਾਂ ਤੇ ਮੁੱਕਿਆ ਜਿੱਥੇ ਜਾ ਕੇ ਮੇਰੇ ਖਿਆਲ ਦੇ ਨਾਲ ਧਰਤੀ ਦਾ ਕਾਲਜਾ ਵੀ ਫਸ ਜਾਵੇ। ਉਸ ਥਾਂ ਤੇ ਪੁੱਜ ਕੇ ਇਸ ਗੱਲ ਤੇ ਰਜਾਮੰਦੀ ਹੋਈ ਕਿ ਜਿੰਨਾ ਚਿਰ 2000 ਰੁਪਏ ਦੀ ਵਾਪਸੀ ਨਹੀਂ ਹੋਏਗੀ ਉਦੋਂ ਤੱਕ ਉਸ ਬੀਬੀ ਦਾ ਮੁੰਡਾ ਜਿਹੜਾ ਉਸ ਬਣੀਏ ਦੇ ਕੋਲ ਰਹੇਗਾ। ਬੀਬੀ ਮਜਬੂਰ ਸੀ, ਲਾਚਾਰ ਸੀ, ਉਹਦੇ ਕੋਲ ਮੁੰਡਾ ਛੱਡ ਆਈ। ਸੰਸਕਾਰ ਹੋ ਗਿਆ, ਦਿਨ ਲੰਘੇ, 2 ਲੰਘੇ, 4 ਲੰਘੇ, 5 ਲੰਘੇ, ਉਹਨੇ ਚਾਹ ਦੇ ਬਗਾਨਾ ਚ ਜਾ ਕੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਕਿ ਮੁੰਡਾ ਤੇ ਛਡਾ ਕੇ ਲਿਆਵਾਂ। ਪਰ ਜਿਹੜੇ ਗਾਂ ਉਹ ਬਾਗਾਂ ਵਾਲੇ ਸੀਗੇ ਉਹ ਦਿੰਦੇ ਸੀ ਮਹਿਜ 40 ਰੁਪਈਏ ਦਿਹਾੜੀ। ਹੁਣ 2 ਬੱਚੇ ਹੋਰ ਸਨ ਬੀਬੀ ਦੇ, 40-45 ਰੁਪਈਆਂ ਚੋਂ ਕੀ ਕਰਦੇ। ਉਹਨੂੰ ਜਦੋਂ ਜਾਪਿਆ ਕਿ ਇਸ ਤਰ੍ਹਾਂ ਤੇ ਮੈਂ ਆਪਣਾ ਬੱਚਾ ਛੁਡਾ ਹੀ ਨਹੀਂ ਪਾਵਾਂਗੀ, ਉਹਨੇ ਇੱਕ ਰਿਸ਼ਤੇਦਾਰ ਨਾਲ ਗੱਲ ਕੀਤੀ। ਉਹਨੇ ਆਖਿਆ ਕਿ ਆਗਰੇ ਦੇ ਵਿੱਚ ਜੇ ਤੂੰ ਚਲੀ ਜਾਵੇਂ, ਆਗਰੇ ਦੇ ਵਿੱਚ ਕੰਮ ਬਹੁਤ ਹੈ, ਉੱਥੇ ਤੂੰ ਮਿਹਨਤ ਕਰੇ ਤੇ 6 ਮਹੀਨੇ ਦੇ ਵਿੱਚ ਤੂੰ ਇਹ ਪੈਸੇ ਵੀ ਜੋੜ ਲੇਂਗੀ ਤੇ ਆਪਣੇ ਬੱਚਿਆਂ ਦਾ ਕੁਛ ਬਣਾ ਵੀ ਲਿਆਂਗੀ। ਜੀ ਉਸ ਰਿਸ਼ਤੇਦਾਰ ਦੇ ਨਾਲ ਨਾਗਾਲੈਂਡ ਚੋਂ ਚੜੀ ਉਹ ਬੀਬੀ ਯੂਪੀ ਦੇ ਵਿੱਚ ਆ ਗਈ। ਯੂਪੀ ਦੇ ਵਿੱਚ ਜਦੋਂ ਆਗਰੇ ਪਹੁੰਚ ਗਈ ਤੇ ਉਹ ਰਿਸ਼ਤੇਦਾਰ ਸੀ ਜਿਹੜਾ ਉਹਨੂੰ ਉੱਥੇ ਛੱਡ ਕੇ ਭੱਜ ਗਿਆ। ਉਹ ਬੀਬੀ ਨਾ ਉੱਧਰ ਦੀ ਨਾ ਉੱਧਰ ਦੀ ਗਲੀਆਂ ਚ ਧੱਕੇ ਥੋੜੇ ਖਾ ਰਹੀ ਸੀ। ਔਰ ਦੇਖੋ ਕਿਸਮਤ ਉਹਦੀ ਕਿ ਉਹਦੇ ਕੋਲ ਪੀਣ ਜੋਗਾ ਵੀ ਪਾਣੀ ਨਹੀਂ ਸੀ ਤੇ ਨਾ ਹੀ ਹਿੰਮਤ। ਤੇ ਇਹ ਆ ਜਿਹੜੀ ਗੰਦੀ ਨਾਲੀ ਹੁੰਦੀ ਹੈ ਉਸ ਸੜਕ ਦੀ ਨਾਲੀ ਦੇ ਵਿੱਚੋਂ ਕਿਤੇ ਬੱਚਿਆਂ ਨੂੰ ਪਾਣੀ ਪਿਉਣ ਡਈ ਸੀ। ਕਿਸੇ ਦੁਕਾਨਦਾਰ ਨੇ ਦੇਖ ਲਿਆ ਕਿ ਇਹ ਕੀ ਕਹਿਰ ਹੋ ਰਿਹਾ। ਉਹਨੇ ਕੋਲ ਆ ਕੇ ਪੁੱਛਿਆ, ਉਹਨੇ ਆਖਿਆ ਕਿ ਬੀਬੀ ਤੇਰਾ ਦਿਮਾਗ ਸਹੀ ਆ, ਇਹ ਤੂੰ ਨਾਲੀ ਦੇ ਵਿੱਚ ਵੀ ਪਾਣੀ ਇਹਨਾਂ ਨੂੰ ਪਿਆਈ ਜਾ ਰਹੀ। ਉਹਨੇ ਆਖਿਆ ਕਿ ਮੇਰੇ ਕੋਲ ਹਿੰਮਤ ਨੀ, ਖਾਣਾ ਮੈਂ ਖਾਧਾ ਕੋਈ ਨੀ, ਮੇਰੇ ਕੋਲ ਇੰਨੀ ਵੀ ਹਿੰਮਤ ਨੀ ਕਿ ਤੁਰ ਕੇ ਨਾ ਬੱਚਿਆਂ ਨੂੰ ਲੈ ਕੇ ਮੈਂ ਕਿਸੇ ਨਲਕੇ ਤੇ ਕਿਸੇ ਪਿਆਓ ਤੇ ਪਹੁੰਚ ਸਕਾਂ। ਉਹਨੇ ਆਖਿਆ ਕਿ ਤੂੰ ਖੜ। ਉਹਨੇ ਲਿਆ ਕੇ ਉਹਨੂੰ ਪਾਣੀ ਦਿੱਤਾ, ਪਾਣੀ ਖਰੀਦ ਕੇ ਦਿੱਤਾ, ਪਿਆਇਆ। ਫਿਰ ਬੜੇ ਬਰਚਾ ਕੇ ਪਿਆਰ ਦੇ ਨਾਲ ਉਹਨੇ ਪੁੱਛਿਆ, ਉਹਨੇ ਆਖਿਆ ਭੈਣੇ ਤੂੰ ਦੱਸ ਇਹ ਕਹਾਣੀ ਕੀ ਹੈ ਕਿ 2 ਬੱਚੇ ਤੇਰੇ ਕੋਲ, ਤੂੰ ਇੱਥੋਂ ਦੀ ਜਾਪਦੀ ਨੀ, ਜਾਪਦੀ ਤੂੰ ਪੂਰਬੀ ਰਾਜਾਂ ਦੀ ਹੈ। ਉਹਨੇ ਫਿਰ ਦੱਸੀ ਸਾਰੀ ਗੱਲ। ਉਸ ਬੰਦੇ ਦਾ ਹਿਰਦਾ ਪਿਘਲ ਗਿਆ, ਉਹਨੇ ਪਤਾ ਕੀਤਾ, ਉਹਨੇ ਕੋਈ ਨੰਬਰ ਲੈ ਕੇ, ਕੰਟੈਕਟ ਨੰਬਰ ਲੈ ਕੇ ਤੂੰ ਸਾਰੀ ਕਹਾਣੀ ਸੱਚੀ ਪਾਈ। ਫਿਰ ਉਹਨੇ ਆਪਣੇ ਆਂਢ ਗੁਆਂਢ ਦੱਸਿਆ ਕਿ ਭਾਈ ਇਹ ਤੇ ਵਕਤਾਂ ਦੀ ਮਾਰੀ ਬੀਬੀ ਨਾਗਾਲੈਂਡ ਚੋਂ ਆਈ ਆ। ਫਿਰ ਦੂਜੇ ਦੁਕਾਨਦਾਰਾਂ ਨੇ ਹਮਦਰਦਾਨਾ ਤੌਰ ਤੇ ਨਾਲ ਲੱਗ ਕੇ 3500 ਰੁਪਇਆ ਸਾਰਿਆਂ ਨੇ ਪਾ ਕੇ ਇਕੱਠਾ ਕੀਤਾ। 1500 ਰੁਪਇਆ ਦਿੱਤਾ ਕਿ ਕਿਰਾਇਆ ਭਾੜਾ ਰਾਹ ਦੇ ਵਿੱਚ ਰੋਟੀ ਪਾਣੀ, ਤੇ 2000 ਰੁਪਇਆ ਜਿਹੜਾ ਤੁਸੀਂ ਜਾ ਕੇ ਆਪਣੇ ਬਾਣੀ ਨੂੰ ਦੇ ਕੇ ਆਪਣਾ ਬੱਚਾ ਛਡਾ ਲਓ। ਉਹਦਾ ਪ੍ਰਬੰਧ ਤੇ ਹੋ ਗਿਆ, ਪਰ ਸਾਡੇ ਭਾਰਤ ਦੇ ਪ੍ਰਬੰਧ ਦਾ ਤੇ ਜਲੂਸ ਨਿਕਲਿਆ ਪਿਆ ਹੈ ਨਾ, ਕਿਉਂਕਿ ਇੱਕ ਕਹਾਣੀ ਅੱਜ ਹੋਰ ਵੀ ਇਸੇ ਤਰ੍ਹਾਂ ਦੀ ਸਾਹਮਣੇ ਆਈ। ਮੁੰਬਈ ਦੇ ਵਿੱਚ
ਇੱਕ ਆਟੋ ਚਾਲਕ ਨਾਲੇ ਤੇ ਆਟੋ ਚਲਾਉਂਦਾ ਫਿਰਦਾ ਗਲੀਆਂ ਦੇ ਵਿੱਚ, ਨਾਲੇ ਉਹਦੇ ਗੋਦ ਦੇ ਵਿੱਚ 2-3 ਸਾਲ ਦਾ ਬਾਲ ਸੁੱਤਾ ਪਿਆ। ਉਹ ਬਾਲ ਨੂੰ ਲੈ ਕੇ ਬਾਹਾਂ ਦੇ ਵਿੱਚ ਉਸੇ ਹੀ ਅੰਦਾਜ਼ ਦੇ ਅੰਦਰ ਆਪਦੀ ਆਟੋ ਚਲਾਉਂਦਾ। ਹੁਣ ਕਿੱਦਾਂ ਔਖਾ ਹੋਏਗਾ ਕਿ ਪੱਟਾਂ ਤੇ ਉਹਦੇ ਜਵਾਕ ਆ, ਤੇ ਉਹਨੇ ਆਟੋ ਵੀ ਸੰਭਾਲਣੀ ਹੈ, ਸਾਰਾ ਦਿਨ ਕੰਮ ਵੀ ਕਰਨਾ। ਉੱਥੇ ਕੋਈ ਫਿਲਮ ਫਿਲਮ ਲਾਈਨ ਦਾ ਜੁੜਿਆ ਬੰਦਾ ਉਸ ਆਟੋ ਦੇ ਵਿੱਚ ਚੜਿਆ, ਜਦੋਂ ਉਹਨੇ ਦੇਖਿਆ ਉਹਦੇ ਨਾਲ ਗੱਲਬਾਤ ਕੀਤੀ, ਉਹਨੇ ਦੱਸਿਆ ਕਿ ਮੈਂ ਗੋਰਖਪੁਰ ਦਾ, ਮੇਰੀ ਪਤਨੀ ਨੂੰ ਅਧਰੰਗ ਹੋ ਗਿਆ ਤੇ 2 ਬੱਚੇ ਆ ਮੇਰੇ, ਇੱਕ ਤੇ ਥੋੜਾ ਜਿਹਾ ਵੱਡਾ, ਇੱਕ ਛੋਟਾ ਨੂੰ ਮੈਂ ਨਾਲ ਲੈ ਕੇ ਤੁਰਿਆ ਫਿਰਦਾ, ਮੈਂ ਕਮਾਈ ਕਰਦਾ ਪਿਆ ਦਿਨ ਰਾਤ ਕਿ ਮੈਂ ਆਪਣੀ ਬੀਵੀ ਦਾ ਇਲਾਜ ਕਰ ਸਕਾਂ। ਸੋ ਜਦੋਂ ਉਹਦੀ ਫੋਟੋ ਫਿਰ ਉਸ ਫਿਲਮੀ ਲਾਈਨ ਦੇ ਨਾਲ ਜੁੜੇ ਬੰਦੇ ਨੇ ਆਪਣੇ ਟਵਿੱਟਰ ਅਕਾਊਂਟ ਤੇ ਪਾਈ, ਬਹੁਤ ਸਾਰੇ ਲੋਕਾਂ ਨੇ ਉਹਦੀ ਵੀ ਇਮਦਾਦ ਕੀਤੀ। ਇਹ ਠੀਕ ਆ ਕਿ ਲੋਕ ਵਕਤੀ ਤੌਰ ਤੇ ਮਾਲੀ ਇਮਦਾਦ ਕਰਕੇ ਇਸ ਤਰ੍ਹਾਂ ਦੀ ਇੱਕ ਇਨਸਾਨੀਅਤ ਦਾ ਰਿਸ਼ਤਾ ਨਿਭਾ ਦਿੰਦੇ ਆ, ਪਰ ਜੋ ਰਿਸ਼ਤਾ ਇੱਕ ਗੌਰਮੈਂਟ ਨੇ ਇੱਕ ਨਾਗਰਿਕਾਂ ਦੇ ਨਾਲ ਨਿਭਾਉਣਾ ਹੁੰਦਾ ਸੋਸ਼ਲ ਸਿਕਿਉਰਿਟੀ ਦਾ, ਉਹ ਰਿਸ਼ਤਾ ਤੇ ਕਿਤੇ ਨੀ ਨਿਭਦਾ ਪਿਆ। ਕਿਸੇ ਵੀ ਪਾਸੇ ਕੋਈ ਸਮਾਜਿਕ ਸੁਰੱਖਿਆ ਨਜ਼ਰ ਨਹੀਂ ਆਉਂਦੀ, ਚਾਹੇ ਕੋਈ ਬੱਚਾ, ਚਾਹੇ ਕੋਈ ਜਵਾਨ ਹੈ, ਚਾਹੇ ਕੋਈ ਬਜ਼ੁਰਗ ਆ। ਸੋ ਇਹੋ ਜਿਹੀਆਂ ਕਹਾਣੀਆਂ ਇੰਨੀਆਂ ਨੇ ਕਿ ਮੇਰੇ ਖਿਆਲ ਦੇ ਨਾਲ ਸਾਰੀ ਰਾਤ ਲੰਘ ਸਕਦੀ, ਇੰਨੀਆਂ ਕਹਾਣੀਆਂ ਨੇ। ਪਰ ਜਦੋਂ ਉਹ ਕਹਿੰਦੇ ਹੁੰਦੇ ਆ ਨਾ ਕਿ ਰਿਆਜ਼ ਖੈਰਾਬਾਦੀ ਸਾਹਿਬ ਆਉਂਦੇ ਹੁੰਦੇ ਆ, ਮੁਫਲਸੀ ਕੀ ਜ਼ਿੰਦਗੀ ਕਾ ਜ਼ਿਕਰ ਕਿਆ, ਮੁਫਲਸੀ ਕੀ ਮੌਤ ਵੀ ਅੱਛੀ ਗਈ। ਸਹੀ ਗੱਲ ਜੀ ਜੀ ਮਿੰਟੂ ਜੀ। ਅਗਲੀ ਗੱਲ ਕਰੀਏ ਮਿੰਟੂ ਜੀ, ਮਜ਼ਦੂਰ ਕਲਿਆਣ ਦਾ ਕਹਿੰਦੇ 20,000 ਕਰੋੜ ਰੁਪਈਆ ਲਾਪਤਾ ਹੋ ਗਿਆ। ਮਜ਼ਦੂਰ ਕਲਿਆਣ ਦਾ ਕੋਈ ਕਰ ਗਿਆ ਕਲਿਆਣ, ਲੱਭਦੇ ਫਿਰਦੇ ਜੀ ਕਿ ਕਲਿਆਣ 20,000 ਕਰੋੜ ਦਾ ਕੌਣ ਕਰ ਗਿਆ ਜੀ। ਦਰਅਸਲ ਕੀ ਹੈ ਕਿ ਇਹ ਜਿਹੜਾ ਮਜ਼ਦੂਰ ਕਲਿਆਣ ਦਾ ਫੰਡ ਸੀਗਾ ਨਾ ਜੀ, 20,000 ਕਰੋੜ ਰੁਪਈਆ, ਇਹ ਸਰਕਾਰ ਨੇ ਆਪਣੇ ਪੱਲਿਓ ਨਹੀਂ ਸੀ ਦਿੱਤਾ। ਇਹ ਗੱਲ ਸਮਝਣ ਵਾਲੀ ਆ ਜੀ। ਦੇਖੋ ਇਹਨਾਂ ਨੇ ਇੱਕ ਸੈਸ ਲਾਇਆ ਸੀਗਾ, ਉਪ ਕਰ ਜਿਹਨੂੰ ਕਹਿ ਦਿੰਦੇ ਛੋਟਾ ਟੈਕਸ, ਉਹ ਲਾਇਆ ਸੀ ਜਿਹੜੀਆਂ ਨਿਰਮਾਣਿਤ ਹੁੰਦੀਆਂ ਨੇ ਬਿਲਡਿੰਗਾਂ, ਵੱਡੇ ਵੱਡੇ ਠੇਕੇਦਾਰ ਇਹਨਾਂ ਨੂੰ, ਸਾਰਿਆਂ ਨੂੰ ਕੰਸਟਰਕਸ਼ਨ ਦੇ ਕੰਮ ਦੇ ਵਿੱਚ, ਕਿ ਮਜ਼ਦੂਰਾਂ ਦੀ ਭਲਾਈ ਲਈ ਤੁਹਾਨੂੰ ਇੱਕ ਜਿਹੜਾ ਸੈਸ ਹੈ ਉਹ ਦੇਣਾ ਪਵੇਗਾ, ਕਿਉਂਕਿ ਮਜ਼ਦੂਰ ਹੈ ਜਿਹੜੇ ਤੁਹਾਡਾ ਕੰਮ ਕਰਦੇ ਆ ਜੀ, ਤੇ ਉਹਨਾਂ ਦੀ ਜਿਵੇਂ ਆਪਾਂ ਗੱਲ ਕੀਤੀ ਕਿ ਸਮਾਜਿਕ ਸੁਰੱਖਿਆ ਲਈ ਇਹ ਉਹ ਸੈਸ ਸ਼ੁਰੂ ਕੀਤਾ ਸੀ। ਹੋਰ ਵੀ ਹੁਣ ਸਰਕਾਰ ਦੀ ਵੀ ਵਿੱਚ ਹੋ ਸਕਦਾ ਕੰਟਰੀਬਿਊਸ਼ਨ ਹੋਵੇ। ਸੋ ਇਹ ਫੰਡ ਜਿਹੜਾ ਸੀ 1996 ਤੋਂ ਚੱਲਦਾ ਆਉਂਦਾ ਸੀ, ਇਹਦੀ ਰਕਮ ਬਣ ਗਈ 20,000 ਕਰੋੜ ਰੁਪਈਆ, ਉਹ ਲਾਪਤਾ ਹੋ ਗਈ। ਜਿਵੇਂ ਇਸ ਦੇਸ਼ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਲਾਪਤਾ ਹੋ ਜਾਂਦੀਆਂ, ਲੋਕਾਂ ਦਾ ਚੈਨ ਲਾਪਤਾ, ਲੋਕਾਂ ਦੀ ਨੀਂਦ ਲਾਪਤਾ, ਲੋਕਾਂ ਦਾ ਸੁੱਖ ਲਾਪਤਾ, ਲੋਕਾਂ ਦਾ ਭਵਿੱਖ ਲਾਪਤਾ, ਕਈਆਂ ਦਾ, ਕਈ ਵੱਡੇ ਲੋਕਾਂ ਦਾ ਕੁੱਤਾ ਵੀ ਲਾਪਤਾ, ਔਰ ਉਹਦੇ ਲਈ ਅਖਬਾਰਾਂ ਦੇ ਵਿੱਚ ਬਕਾਇਦਾ ਇਸ਼ਤਿਹਾਰ ਵੀ ਆ ਜਾਂਦਾ। ਸੋ ਬਹੁਤ ਕੁਛ ਲਾਪਤਾ। ਹੁਣ ਇਸ ਫੰਡ ਨੂੰ ਲੱਭਣ ਲਈ, ਕਲਿਆਣਕਾਰੀ ਫੰਡ ਨੂੰ ਲੱਭਣ ਲਈ ਇੱਕ NGO ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਕਿ ਹਾੜਾ ਜੀ ਮੇਰੇ ਖੁਦਾ ਦਾ, ਇਹ ਮਜ਼ਦੂਰਾਂ ਦਾ ਹੱਕ ਤੇ ਲੱਭ ਕੇ ਤੇ ਉਹ ਕਿੱਥੇ ਲੁਕਿਆ ਬੈਠਾ। ਸੁਪਰੀਮ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋਈ, ਉੱਥੇ ਧਿਰ ਬਣ ਕੇ ਕੇਂਦਰ ਸਰਕਾਰ ਜਦੋਂ ਜਾ ਕੇ ਖੜੀ, ਤੇ ਉਹਨੇ ਜਵਾਬ ਦਿੱਤਾ ਕਿ ਉਹ ਕਹਿੰਦੇ ਜੀ ਇਸ ਪੈਸੇ ਦਾ ਹਾਲ ਦੀ ਘੜੀ ਕੋਈ ਵੀ ਅਤਾ ਪਤਾ ਨਹੀਂ, ਪਿਛਲੀ ਸਰਕਾਰ ਨੂੰ ਪਤਾ ਹੋ ਸਕਦਾ। ਹੁਣ ਜੇ ਪਿਛਲੀ ਨੂੰ ਪੁੱਛਣਗੇ, ਉਹ ਕਹਿਣਗੇ ਜੀ ਪਿਛਲੀ ਨੂੰ ਪੁੱਛ ਲਓ, ਯਾਨੀ ਪਿਛਲੀ ਤੋਂ ਜਿਹੜੀ ਪਿਛਲੀ ਆ ਉਹਨੂੰ ਪਿਛਲੀ ਕਹਿ ਦੇਣਗੇ। ਸੋ ਹੁਣ ਕਿਹਨੂੰ ਕਿਹਨੂੰ ਪੁੱਛਣਗੇ। ਹਾਲ ਦੀ ਘੜੀ ਸੁਪਰੀਮ ਕੋਰਟ ਨੇ ਕੈਗ ਨੂੰ ਹੁਕਮ ਦਿੱਤਾ ਕਿ ਕੈਗ ਇਸ ਮਾਮਲੇ ਦੀ ਜਾਂਚ ਪੜਤਾਲ ਕਰੇ ਕਿ ਆਖਿਰ 20,000 ਕਰੋੜ ਰੁਪਈਆ ਜਿਹੜਾ ਮਜ਼ਦੂਰ ਕਲਿਆਣ ਫੰਡ ਆ ਉਹ ਗਿਆ ਤੇ ਗਿਆ ਕਿੱਥੇ, ਜਦੋਂ ਮਜ਼ਦੂਰਾਂ ਤੱਕ ਪਹੁੰਚਿਆ ਨੀ। ਮਜ਼ਦੂਰ ਤੇ ਅਸੀਂ ਦੇਖਦੇ ਆ ਨਾ ਰਾਜ ਕਰਮਵੀਰ ਸਿੰਘ ਜੀ, ਕਦੇ ਕਿਤੇ ਮਰ ਜਾਂਦੇ, ਕਦੇ ਕੋਈ ਖੂਹ ਚ ਮਰ ਜਾਂਦਾ, ਕਦੇ ਕੋਈ ਸੀਵਰ ਚ ਮਰ ਜਾਂਦਾ, ਕਦੇ ਨੀ ਵੇਖਿਆ ਉਹਨਾਂ ਨੂੰ ਕੋਈ 10,000 ਦੀ ਵੀ ਮਾਲੀ ਇਮਦਾਦ ਦੇਵੇ। ਤੇ 20,000 ਕਰੋੜ ਰੁਪਈਆ ਜੇ ਪਿਆ ਮਜ਼ਦੂਰਾਂ ਦਾ, ਉਹ ਕਿੱਥੇ ਗਿਆ, ਕਿਹਦੀ ਜੇਬ ਚ ਗਿਆ, ਕਿਹਦੇ ਪੇਟ ਚ ਗਿਆ, ਇਹ ਸਵਾਲ ਤੇ ਹੱਲ ਹੋਣਾ ਚਾਹੀਦਾ ਹੈ ਨਾ ਫਿਰ। ਬਿਲਕੁਲ। ਹੁਣ ਇਹਦੇ ਵਿੱਚ ਅੱਗੇ ਚੱਲ ਕੇ ਕੀ ਨਿਕਲਦਾ ਨਤੀਜਾ ਉਹ ਤੇ ਸਮਾਂ ਦੱਸੇਗਾ, ਪਰ ਭਾਰਤ ਦੇ ਵਿੱਚ ਕੁਛ ਇਹੋ ਜਿਹੀਆਂ ਰਹੱਸਮਈ ਘਟਨਾਵਾਂ ਵਾਪਰੀਆਂ ਨੇ ਰਾਜ ਕਰਮਵੀਰ ਸਿੰਘ ਜੀ, ਜਿਹਨਾਂ ਦਾ ਪਤਾ ਨਹੀਂ ਲੱਗਦਾ। ਹਰਸ਼ਦ ਮਹਿਤਾ ਸੀ ਜਿਹਦਾ ਸਿਕਿਉਰਿਟੀ ਸਕੈਮ ਪੂਰੀ ਦੁਨੀਆਂ ਦੇ ਵਿੱਚ ਮਸ਼ਹੂਰ ਆ, ਸਧਾਰਨ ਜਿਹਾ ਕਿਸਮ ਦਾ ਬੰਦਾ ਸੀ, ਬੈਂਕਾਂ ਦੇ ਨਾਲ ਫਰੋਡ ਕਰ ਗਿਆ ਹਰਸ਼ਦ ਮਹਿਤਾ, 27 ਕੇਸ ਬਣੇ ਉਹਦੇ ਤੇ। ਅੱਜ ਤੱਕ ਭਾਰਤ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਹਰਸ਼ਦ ਮਹਿਤਾ ਨੇ ਟੋਟਲ ਠੱਗੀ ਕਿੰਨੇ ਦੀ ਮਾਰੀ, ਅੱਜ ਤੱਕ ਪਤਾ ਨਹੀਂ ਲੱਗਾ ਉਹਦਾ ਕਿੰਨੇ ਦੀ ਮਾਰੀ ਹੈ। ਇਸੇ ਤਰ੍ਹਾਂ ਇੱਕ ਬੰਦਾ ਆਉਂਦਾ ਸੀਗਾ ਮਤਲੇਸ਼ ਕੁਮਾਰ ਉਰਫ ਨਟਵਰ ਲਾਲ, ਉਹ ਬੰਦਾ ਇੰਨਾ ਚਲਾਕ ਸੀਗਾ ਨਾ, ਉਹਨੇ
ਉਸ ਸਮੇਂ ਦੇ ਜਿਹੜਾ ਕਿ ਭਾਰਤ ਦਾ ਪਹਿਲਾ ਰਾਸ਼ਟਰਪਤੀ ਸੀ ਰਜਿੰਦਰ ਪ੍ਰਸਾਦ, ਉਹਦੇ ਸਿਗਨੇਚਰ ਕਾਪੀ ਕਰਕੇ ਤਾਜ ਮਹਿਲ, ਲਾਲ ਕਿਲਾ, ਰਾਸ਼ਟਰਪਤੀ ਭਵਨ, ਸੰਸਦ ਭਵਨ ਤੇ 545 ਦੇ 545 ਮੈਂਬਰ ਪਾਰਲੀਮੈਂਟ ਵੇਚਦੇ ਸੀ। ਦੱਸੋ ਉਹ ਮਿਥਲੇਸ਼ ਕੁਮਾਰ ਪਤਾ ਨੀ ਅੱਜ ਤੱਕ ਜਿੰਦਾ ਹੈ ਜਾਂ ਨਹੀਂ, 1996 ਚ ਉਹਨੂੰ ਆਖਰੀ ਵਾਰੀ ਫੜਿਆ ਗਿਆ ਸੀ, ਇਹਨਾਂ ਨੇ 9 ਵਾਰੀ ਫੜਿਆ ਤੇ 9 ਵਾਰੀ ਫਰਾਰ ਹੋ ਗਿਆ। ਅੱਜ ਤੱਕ ਭਾਰਤ ਸਰਕਾਰ ਨੂੰ ਇਹ ਨੀ ਪਤਾ ਲੱਗਿਆ ਕਿ ਮਿਥਲੇਸ਼ ਕੁਮਾਰ ਉਸ ਨਟਵਰ ਲਾਲ ਜਿਉਂਦਾ ਜਾਂ ਮਰ ਗਿਆ। ਸੋ ਭਾਰਤ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹਨਾਂ ਦਾ ਕਦੇ ਪਤਾ ਨੀ ਲੱਗਦਾ, ਪਰ ਸੁੱਖ ਸੁੱਖੀ ਹੈ ਕਿ ਇਸ ਚੀਜ਼ ਦਾ ਪਤਾ ਲੱਗ ਜਾਵੇ, ਕਿਉਂਕਿ ਇਹ ਤੇ ਮਜ਼ਦੂਰਾਂ ਦੇ ਨਾਲ ਜੁੜੀ ਹੈ ਨਾ। ਮਜ਼ਦੂਰਾਂ ਦੇ ਤੇ ਕੋਈ ਹੁੰਦਾ ਹੀ ਨੀ ਕਿ ਇਹ ਪੈਸਾ ਮਿਲ ਜਾਵੇ ਤੇ ਸ਼ਾਇਦ ਉਹਨਾਂ ਦਾ ਕਲਿਆਣ ਹੋ ਜਾਵੇ, ਪਰ ਇਹ ਮਜ਼ਦੂਰਾਂ ਦਾ ਹੱਕ ਆ। ਮਜ਼ਦੂਰਾਂ ਦੇ ਹੱਕ ਦੇ ਨਾਂ ਤੇ ਬਹੁਤ ਸਾਰੇ ਲੋਕ ਖਾਮੋਸ਼ ਹੋ ਜਾਂਦੇ ਆ, ਖਾਮੋਸ਼ ਨਹੀਂ ਹੋਣਾ ਚਾਹੀਦਾ। ਇਸ ਦੇਸ਼ ਦੇ ਵਾਸੀਆਂ ਨੂੰ ਥੋੜਾ ਬਹੁਤ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ। ਉਹ 20,000 ਕਰੋੜ 30,000 ਕਰੋੜ ਦੇ ਘਪਲੇ ਨੂੰ ਅੱਜ ਕੱਲ੍ਹ ਘਪਲਾ ਨਹੀਂ ਸਮਝਦੇ। ਜਦੋਂ ਤੱਕ ਉਹ 1 ਰੁਪਈਏ ਦੇ ਘਪਲੇ ਨੂੰ ਵੀ ਘਪਲਾ ਨਹੀਂ ਸਮਝਦੇ, ਯਾਨੀ ਕਹਿਣ ਦਾ ਭਾਵ ਹੈ ਕਿ 1 ਰੁਪਈਏ ਦੇ ਘਪਲੇ ਨੂੰ ਵੀ ਸੀਰੀਅਸਲੀ ਨਹੀਂ ਲੈਂਦੇ, ਤੇ ਉਦੋਂ ਤੱਕ ਇਹ ਲੁੱਟ ਖਸੁੱਟ ਚੱਲਦੀ ਰਹਿਣੀ ਹੈ। ਲੁੱਟ ਖਸੁੱਟ ਕੀ ਫਿਰ, ਲੁੱਟ ਖਸੁੱਟ ਹੋਣ ਜੋਗਾ ਕੁਛ ਨੀ ਰਹਿਣਾ। ਕਿਸੇ ਨੇ ਆਖਿਆ ਸੀ, ਦਰਾ ਵੇਚ ਦੇਂਗੇ, ਗਗਨ ਵੇਚ ਦੇਂਗੇ, ਕਮਬਖਤ ਮੁਰਦੋਂ ਕੇ ਕਫਨ ਵੇਚ ਦੇਂਗੇ, ਅਗਰ ਸੋਏ ਰਹੇ ਮੇਰੇ ਦੇਸ਼ ਵਾਸੀ ਉਸਨੇ ਉਸ ਟੀਮ ਦੀ ਅਗਵਾਈ ਕਰਨੀ ਹੈ ਜਿਹਦੇ ਚ ਕੁਛ ਲੋਕ ਓਹਦੇ ਵੱਲ ਹੀ ਗੋਲ ਕਰਨ ਦੀ ਕੋਸ਼ਿਸ਼ ਕਰਨਗੇ। ਭਗਵੰਤ ਮਾਨ ਨੇ ਉਸ ਟੀਮ ਦੀ ਅਗਵਾਈ ਕਰਨੀ ਹੈ। ਖੈਰ, ਸ਼ੁਭਕਾਮਨਾਵਾਂ ਉਹਦੇ ਲਈ। ਭਗਵੰਤ ਮਾਨ ਨੇ ਆਪਣੀ ਕਮਾਨ ਸੰਭਾਲਦੇ ਹੀ ਕੁਛ ਕੰਮ ਹੈ ਜਿਹੜੇ ਉਹ ਠੀਕ ਕਰਨ ਦੇ ਸੰਕੇਤ ਦਿੱਤੇ ਆ। ਜਿੱਦਾਂ ਆਪਾਂ ਇੱਕ ਦਿਨ ਅੱਗੇ ਵੀ ਵਿਚਾਰ ਕਰ ਲਈ ਸੀ ਇਸ ਖ਼ਬਰ ਤੇ ਕਿ ਜਥੇਬੰਦਕ ਢਾਂਚਾ, ਉਦੋਂ ਇਹਨਾਂ ਨੇ ਐਲਾਨ ਨਹੀਂ ਸੀ ਕੀਤਾ, ਐਲਾਨ ਤੇ ਅੱਜ ਕੀਤਾ, ਪਰ ਆਪਾਂ ਪਹਿਲਾਂ ਦੱਸਦਾ ਸੀਗਾ ਕਿ ਜਥੇਬੰਦਕ ਢਾਂਚਾ ਤੋੜਨਗੇ। ਔਰ ਖ਼ਾਸ ਤੌਰ ਤੇ ਜਿਹੜਾ ਜੂਨਲ ਸਿਸਟਮ ਜਿਹੜਾ ਇਹਨਾਂ ਦੀ ਬਦਨਾਮੀ ਦਾ ਕਾਰਨ ਬਣਿਆ, ਅਬਜ਼ਰਵਰ ਜਿਹਦੇ ਚ ਲਾਏ ਜਾਂਦੇ ਆ, ਉਹ ਜੂਨਲ ਸਿਸਟਮ ਇਹ ਬਿਲਕੁਲ ਖਤਮ ਕਰਨਗੇ। ਤਾਂ ਮੇਰੇ ਖਿਆਲ ਦੇ ਨਾਲ ਅੱਜ ਇਹਨਾਂ ਨੇ ਹਾਲਾਂਕਿ ਇਹ ਸੰਕੇਤ ਤੇ ਨਹੀਂ ਦਿੱਤਾ ਕਿ ਜੂਨਲ ਸਿਸਟਮ ਤੋਂ ਬਾਅਦ ਇਹਨਾਂ ਨੇ ਕਿਸ ਤਰ੍ਹਾਂ ਦਾ ਢਾਂਚਾ ਜਿਹੜਾ ਹੋਂਦ ਚ ਲਿਆਉਣਾ, ਪਰ ਸੰਕੇਤ ਜਿਹੜੇ ਅੰਦਰੋਂ ਨਿਕਲਦੇ ਆ ਉਹ ਇਹੋ ਹੀ ਆ ਕਿ ਜਿਸ ਤਰ੍ਹਾਂ ਰਵਾਇਤੀ ਪਾਰਟੀਆਂ ਦਾ ਢਾਂਚਾ ਹੈ, ਉਹਨਾਂ ਦਾ ਆਪਣਾ ਇੱਕ ਜਥੇਬੰਦਕ ਢਾਂਚਾ, ਜਿਸ ਤਰ੍ਹਾਂ ਕਾਂਗਰਸ ਦਾ ਜਾਂ ਅਕਾਲੀ ਦਲ ਦਾ, ਇਹ ਠੀਕ ਵੈਸਾ ਹੀ ਉਸੇ ਤਰਜ਼ੇ ਅਮਲ ਦਾ ਹੀ ਬਣਾਉਣਗੇ, ਕੋਈ ਬਹੁਤਾ ਫਰਕ ਨਹੀਂ ਹੋਏਗਾ। ਯਾਨੀ ਇੱਕ ਸਟੇਟ ਲੈਵਲ ਦੀ ਬਾਡੀ, ਇੱਕ ਜ਼ਿਲ੍ਹਾ ਲੈਵਲ ਦੀ ਬਾਡੀ, ਔਰ ਉਸ ਤੋਂ ਥੱਲੇ ਇੱਕ ਹਲਕਾ ਲੈਵਲ ਦੀ ਬਾਡੀ, ਇਸ ਤਰ੍ਹਾਂ ਦੀਆਂ ਬਾਡੀਆਂ ਬਣਾਉਣਗੇ। ਹੁਣ ਭਗਵੰਤ ਮਾਨ ਨੇ ਸੰਕੇਤ ਇਹ ਦਿੱਤਾ ਆ ਕਿ ਨਵਾਂ ਢਾਂਚਾ ਉਸਾਰਿਆ ਜਾਏਗਾ ਤੇ ਇਹਦੀ ਚੋਣ ਪ੍ਰਕਿਰਿਆ ਤਹਿਤ ਜਿਹੜੀਆਂ ਨਿਯੁਕਤੀਆਂ ਹੋਣਗੀਆਂ, ਮਤਲਬ ਕਿ ਹਰੇਕ ਥਾਂ ਤੇ ਇਲੈਕਟਡ ਹੋਣਗੇ ਬੰਦੇ ਉਸ ਬਾਡੀ ਦੇ ਵਿੱਚ। ਅੱਗੇ ਭਗਵੰਤ ਮਾਨ ਨੇ ਇੱਕ ਹੋਰ ਬੜਾ ਅਹਿਮ ਐਲਾਨ ਕੀਤਾ ਅੱਜ। ਭਗਵੰਤ ਮਾਨ ਨੇ ਆਖਿਆ ਕਿ ਗੁਰਦਾਸਪੁਰ ਜ਼ਿਮਨੀ ਚੋਣ ਅਸੀਂ ਲੜਨੀ ਹੈ ਤੇ ਨਾਲ ਨਗਰ ਨਿਗਮ ਦੀਆਂ ਚੋਣਾਂ ਵੀ ਲੜਨੀਆਂ। ਹੁਣ ਇਹ ਦੋ ਅਹਿਮ ਐਲਾਨ ਆ ਅੱਜ ਦੇ ਇਸ ਮਾਮਲੇ ਦੇ ਵਿੱਚ। ਜਿੱਥੋਂ ਤੱਕ ਆਪਾਂ ਪਹਿਲੇ ਨੁਕਤੇ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਇਹ ਚੋਣ ਪ੍ਰਕਿਰਿਆ ਜਿਹੜੀ ਇਹਨਾਂ ਨੇ ਅਪਣਾਉਣੀ ਆ, ਇਹ ਸਹੀ ਤੇ ਸੰਤੁਲਿਤ ਹੋਣੀ ਚਾਹੀਦੀ ਆ। ਕਿਉਂਕਿ ਚੋਣ ਪ੍ਰਕਿਰਿਆ ਤੇ ਕੈਂਡੀਡੇਟਾਂ ਵਾਰੀ ਵੀ ਇਹਨਾਂ ਨੇ ਅਪਣਾਈ ਸੀ ਨਾ, ਜਦੋਂ ਕਹਿੰਦੇ ਸੀ ਅਸੀਂ ਵੋਟਿੰਗ ਦੇ ਨਾਲ ਆਪਣੇ ਉਮੀਦਵਾਰ ਲੱਭਣੇ ਆ ਕਿ ਹੇਠਲੇ ਪੱਧਰ ਤੇ ਵੋਟਿੰਗ ਹੋਏਗੀ, ਜਿਨ੍ਹਾਂ ਨੂੰ ਵਲੰਟੀਅਰ ਜ਼ਿਆਦੀਆਂ ਵੋਟਾਂ ਪਾਉਣਗੇ ਉਹੀ ਕੈਂਡੀਡੇਟ ਹੋਣਗੇ, ਤੇ ਬਾਅਦ ਦੇ ਵਿੱਚ ਉਸੇ ਵੋਟਿੰਗ ਤੇ ਵਲੰਟੀਅਰ ਪਿੱਟਦੇ ਸੀ ਇਹ ਵੋਟਾਂ, ਜਿਹੜੇ ਲੋਕ ਹੱਕਦਾਰ ਵੋਟ ਤੇ ਉਹ ਤੇ ਬਾਹਰ ਖੜੇ ਹੁੰਦੇ ਆ ਤੇ ਵੋਟਾਂ ਤੇ ਅੰਦਰ ਖਾਤੇ ਪੈ ਜਾਂਦੀ ਆ। ਕੈਂਡੀਡੇਟਾਂ ਵੇਲੇ ਵੀ ਇਹੋ ਗੱਲਾਂ ਸਾਹਮਣੇ ਆਈਆਂ ਸੀ, ਪਰ ਕਿਉਂਕਿ ਹੁਣ ਜਿਵੇਂ ਕਹਿੰਦੇ ਹੁੰਦੇ ਨਾ ਕਿ ਅਭੀ ਨਹੀਂ ਤੋ ਕਭੀ ਨਹੀਂ, ਜੇ ਹੁਣ ਐਤਕੀ ਨਹੀਂ ਸੁਧਰਦੇ ਤੇ ਫਿਰ ਸੁਧਰਨ ਦਾ ਇਹਨਾਂ ਨੂੰ ਮੌਕਾ ਵੀ ਨਹੀਂ ਰਹਿਣਾ। ਸੋ ਐਤਕੀ ਉਹੋ ਜਿਹੀ ਵੋਟਿੰਗ ਨਹੀਂ ਹੋਣੀ ਚਾਹੀਦੀ, ਐਤਕੀ ਹੇਠਲੇ ਤੋਂ ਹੇਠਲੇ ਪੱਧਰ ਤੋਂ ਸ਼ੁਰੂ ਕਰਕੇ ਇਹਨਾਂ ਨੂੰ ਉਥਲੇ ਪੱਧਰ ਤੱਕ ਲਿਜਾਂਦੇ ਆ। ਆਪਣੀ ਪਾਰਦਰਸ਼ਤਾ ਔਰ ਬਰਾਬਰਤਾ ਕਾਇਮ ਰੱਖਣੀ ਪਵੇਗੀ। ਪਾਰਦਰਸ਼ਤਾ ਤੋਂ ਭਾਵ ਕੇ ਹੇਰ ਫੇਰ ਨਹੀਂ, ਔਰ ਬਰਾਬਰਤਾ ਤੋਂ ਭਾਵ ਇਹ ਆ ਕਿ ਜਿਹੜਾ ਮਰਜ਼ੀ ਗਰੁੱਪ ਆ, ਕਿਉਂਕਿ ਹਰੇਕ ਸੰਗਠਨ ਦੇ ਵਿੱਚ ਗਰੁੱਪਿਜ਼ਮ ਖਤਮ ਨਹੀਂ ਹੁੰਦਾ। ਸੋ ਉਹ ਹਰੇਕ ਧੜੇ ਨੂੰ ਨੁਮਾਇੰਦਗੀ ਦੇਣੀ ਚਾਹੀਦੀ, ਇਹ ਨਹੀਂ ਕਿ ਭਗਵੰਤ ਮਾਨ ਪ੍ਰਧਾਨ ਬਣ ਗਿਆ ਤੇ ਦੂਜਿਆਂ ਨੂੰ ਉਹ ਕਹਿ ਕੇ ਹੱਟ ਪਿੱਛੇ ਫੇਰ ਮਿਲਾਂਗੇ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸਗੋਂ ਇਹ ਜਿਹੜਾ ਵੇਲਾ ਹੋਏਗਾ ਇਹ ਫਰਕ ਮਿਟਣ ਦਾ ਵੇਲਾ ਸਾਬਤ ਹੋ ਸਕਦਾ, ਜੇ ਭਗਵੰਤ ਮਾਨ ਸਾਰਿਆਂ ਨਾਲ ਸਿਰ ਜੋੜ ਕੇ ਸਾਰਿਆਂ ਨੂੰ ਬਰਾਬਰੀ ਦੇਵੇ ਤੇ ਇਹਨਾਂ ਦੀਆਂ ਬਹੁਤ ਸਾਰੀਆਂ ਮੁਸ਼ਕਲ ਹੱਲ ਹੋ ਸਕਦੀਆਂ। ਜਿਹੜੀ ਗੱਲ ਹੁਣ ਗੁਰਦਾਸਪੁਰ ਜ਼ਿਮਨੀ ਚੋਣ ਦੀ ਕਹੀ ਜਾ ਰਹੀ ਹੈ, ਤਾਂ ਮੇਰੇ ਖਿਆਲ ਦੇ ਨਾਲ ਇਹ ਭਗਵੰਤ ਮਾਨ ਕਾਲ ਕਰਨ ਦਿਆ। ਦੇਖੋ, ਢਾਂਚਾ
ਭੰਗ ਕਰ ਦਿੱਤਾ ਤੇ ਢਾਂਚਾ ਹਾਲੇ ਬੰਨਾ ਹੈ। ਜਦੋਂ ਤੱਕ ਇਸ ਉਦੇੜਪਨ ਦੇ ਵਿੱਚੋਂ ਇਹਨਾਂ ਨੇ ਲੰਘਣਾ ਹੈ ਉਦੋਂ ਤੱਕ ਗੁਰਦਾਸਪੁਰ ਜ਼ਿਮਨੀ ਚੋਣ ਇਹਨਾਂ ਦੇ ਬਨੇਰੇ ਤੇ ਆ ਕੇ ਬੈਠ ਚੁੱਕੀ ਹੋਏਗੀ। ਤਾਂ ਮੇਰੇ ਖਿਆਲ ਦੇ ਨਾਲ ਪਿੰਡ ਦੇ ਕੋਲ ਜਾ ਕੇ ਜੁੱਤੀ ਹੱਥ 'ਚ ਫੜਦਾ ਕੋਈ ਫਾਇਦਾ ਨਹੀਂ ਹੋਣਾ। ਇਹਦੇ ਨਾਲੋਂ ਚੰਗਾ ਕਿ ਨਗਰ ਨਿਗਮ ਦੀਆਂ ਜਿਹੜੀਆਂ ਚੋਣਾਂ ਜਾਂ ਹੋਰ ਚੋਣਾਂ ਅੱਗੇ ਆਉਣੀਆਂ, ਪੰਚਾਇਤੀ ਚੋਣਾਂ ਵੀ ਅੱਗੇ ਆਉਣੀਆਂ, 2019 ਦਾ ਇਲੈਕਸ਼ਨ ਵੀ ਆਉਣਾ, ਉਹਦੇ ਲਈ ਤਿਆਰੀ ਕਰਨ। ਗੁਰਦਾਸਪੁਰ 'ਚ ਘਾਟਾ ਇਸ ਕਰਕੇ ਜਾਪਦਾ, ਇੱਕ ਤੇ ਇਹਨਾਂ ਦੇ ਆਪਣੇ ਸ਼ਰੀਕ ਹੀ ਉੱਥੇ ਦੋ ਬੈਠੇ ਆ, ਸੁੱਚਾ ਸਿੰਘ ਛੋਟੇਪੁਰ ਤੇ ਗੁਰਪ੍ਰੀਤ ਸਿੰਘ ਕੁਕਰੀ, ਤੇ ਤੀਜੀ ਗੱਲ ਇਹ ਆ ਕਿ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਦਾ ਸਮਾਂ ਪੀਕ ਤੇ ਆ, ਕੋਈ ਮੰਨੇ ਜਾਂ ਨਾ ਮੰਨੇ। ਤੇ ਰਹੀ ਗੱਲ ਦੂਜੀ, ਉੱਥੇ ਭਾਰਤੀ ਜਨਤਾ ਪਾਰਟੀ ਦਾ ਗੜ੍ਹ ਆ ਔਰ ਵਿਨੋਦ ਖੰਨਾ ਉਹਨਾਂ ਦਾ ਸਿਟਿੰਗ ਮੈਂਬਰ ਪਾਰਲੀਮੈਂਟ ਮਰਿਆ ਉੱਥੋਂ, ਉਹਦੀ ਹਮਦਰਦੀ ਹੈ ਜਿਹੜੀ ਉਹ ਵੀ ਭਾਰਤੀ ਜਨਤਾ ਪਾਰਟੀ ਦੇ ਪਲੜੇ 'ਚ ਤੁਲੇਗੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਭਗਵੰਤ ਮਾਨ ਹੋਰਾਂ ਨੂੰ ਸੋਚ ਲੈਣੀਆਂ ਚਾਹੀਦੀਆਂ, ਵਿਚਾਰ ਲੈਣੀਆਂ ਚਾਹੀਦੀਆਂ, ਕਿਤੇ ਇਹ ਨਾ ਹੋਵੇ ਕਿ ਪਹਿਲੀ ਚੋਰੀ ਪਹਿਲਾ ਫਾਹ, ਕਿਤੇ ਪਹਿਲਾ ਜਿਹੜਾ ਇਮਤਿਹਾਨ ਆ ਉਹੀ ਮੁੜ ਕੇ ਗੱਲ ਦਾ ਫਸਤਾ ਬਣ ਜਾਵੇ। ਉਂਝ ਵੈਸੇ ਬਿਕਰਮ ਪੈਂਡਿਆਂ ਦੇ ਵਿੱਚ ਤੁਰ ਕੇ ਹੀ ਆਪਣੇ ਆਪ ਨੂੰ ਜਿਹੜੇ ਲੋਕ ਸਾਬਤ ਕਰਦੇ ਆ ਉਹੀ ਲੋਕ ਵਿਲੱਖਣ ਬਣਦੇ, ਉਹੀ ਲੋਕ ਮਿਸਾਲ ਬਣਦੇ ਆ। ਨਾਲੇ ਆਉਂਦੇ ਹੁੰਦੇ ਕਿ ਮਨੁੱਖ ਪਰਖੀਏ ਵੱਸ ਪਿਆ, ਸੋਨਾ ਪਰਖੀਏ ਕੱਸ ਪਿਆ। ਹੁਣ ਸੋਨੇ ਦਾ ਵੇਲਾ ਹੈ ਪਰਖਣ ਦਾ ਕਿ ਕੱਸ ਪੈ ਗਿਆ, ਇਸ ਕੱਸ ਦੇ ਵਿੱਚੋਂ ਇਹ ਸੋਨਾ ਕਿਵੇਂ ਨਿਕਲਦਾ ਉਹ ਭਗਵੰਤ ਮਾਨ ਦੀ ਸ਼ਖਸੀਅਤ ਤੇ ਨਿਰਭਰ ਕਰਦਾ। ਜੀ 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 ਮਿੰਟੂ ਜੀ, ਅਗਲੀ ਗੱਲ ਕਰੀਏ। ਨਵਜੋਤ ਸਿੱਧੂ ਨੇ ਅਕਾਲੀ ਭਾਜਪਾ ਸਰਕਾਰ ਤੇ ਬਾਦਲ ਪਰਿਵਾਰ ਤੇ ਲਾਇਆ ਇੱਕ ਹੋਰ ਨਿਸ਼ਾਨਾ। ਦੇਖੋ ਨਵਜੋਤ ਸਿੱਧੂ ਦਾ ਜਿੱਥੋਂ ਤੱਕ ਸਵਾਲ ਹੈ ਨਾ, ਉਹ ਇੱਕ ਤਾਂ ਨਿਸ਼ਾਨਾ ਲਾਈ ਰੱਖਦਾ ਜੀ। ਰੋਜ਼ਾਨਾ ਜਦੋਂ ਵੀ ਕਿਸੇ ਪ੍ਰੈਸ ਕਾਨਫਰੰਸ ਦੇ ਵਿੱਚ ਆਉਂਦਾ ਹੈ ਤੇ ਇਹੋ ਜਿਹੀ ਗੱਲ ਕਹਿ ਜਾਂਦਾ ਹੈ ਜਿਹੜੀ ਗੱਲ ਨੂੰ ਕੋਈ ਨਕਾਰਦਾ ਨਹੀਂ, ਕਿਉਂਕਿ ਉਹ ਗੱਲ ਇਹੋ ਜਿਹੀ ਕਰਦਾ ਹੈ। ਉਹਦੇ ਕੋਲ ਤੱਥ ਵੀ ਹੁੰਦੇ ਆ, ਉਹਦੇ ਕੋਲ ਬਹੁਤ ਸਾਰੀਆਂ ਚੀਜ਼ਾਂ ਨੂੰ ਬੋਲਣ ਦੇ ਤੁਹਾਨੂੰ ਪਤਾ ਛੰਦ ਵੀ ਹੁੰਦੇ ਆ, ਲਫ਼ਜ਼ ਵੀ ਹੁੰਦੇ ਆ, ਅਲਫਾਜ਼ ਵੀ ਹੁੰਦੇ ਆ। ਕੁਛ ਚੀਜ਼ਾਂ ਨੂੰ ਉਹ ਭਾਵੇਂ ਤੋੜਦਾ ਹੋਵੇ, ਮਰੋੜਦਾ ਹੋਵੇ, ਪਰ ਉਹਦੇ ਮੂੰਹ ਫੱਪ ਜਾਂਦੀਆਂ। ਇਸ ਕਰਕੇ ਕਾਂਗਰਸ ਵਾਲਿਆਂ ਨੇ ਅੱਜ ਕੱਲ੍ਹ ਉਹਨੂੰ ਤੂਤੂ ਬਣਾ ਕੇ ਅੱਗੇ ਲਾਇਆ ਹੋਇਆ। ਜਦੋਂ ਵੀ ਅਕਾਲੀਆਂ ਤੇ ਨਿਸ਼ਾਨਾ ਕੱਸਣਾ ਹੋਵੇ, ਮਾਨਤੀ ਜੀ ਇੱਕ ਤੇ ਉਹ ਕਰਾਰੀ ਬੜੀ ਚੋਟ ਕਰਦਾ, ਦੋਵੇਂ ਜੀ ਬੜੇ ਅਕਾਲੀਆਂ ਨੂੰ ਤੇ ਲੰਮੇ ਹੱਥ ਲੈਂਦੇ ਆ, ਬਹੁਤ ਬੁਰੀ ਤਰ੍ਹਾਂ ਲੈਂਦੇ ਆ। ਸੋ ਅੱਜ ਵੀ ਨਵਜੋਤ ਸਿੱਧੂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਾ ਪਿਆ ਸੀ ਤੇ ਇਹਨੇ ਫਿਰ ਬਾਦਲ ਪਰਿਵਾਰ ਤੇ ਅਕਾਲੀ ਦਲ ਭਾਜਪਾ ਸਰਕਾਰ ਦੋਵਾਂ ਤੇ ਤੇਜ਼ ਤਰਾਰ ਹਮਲਾ ਕੀਤਾ। ਇਹਨੇ ਆਖਿਆ ਕਿ ਲੁਧਿਆਣਾ ਲਈ ਸਮਾਰਟ ਸਿਟੀ ਵਾਸਤੇ 200 ਕਰੋੜ ਰੁਪਈਆ ਆਇਆ ਸੀਗਾ, ਪੰਜਾਬ ਸਰਕਾਰ ਵੱਲੋਂ ਵੀ 200 ਕਰੋੜ ਰੁਪਈਆ ਇਹਦੇ ਚ ਪਾਇਆ ਜਾਣਾ ਸੀ, ਪਰ ਸਾਬਕਾ ਸਰਕਾਰ ਨੇ ਮਹਿਜ਼ 62 ਕਰੋੜ ਰੁਪਈਏ ਹੀ ਖਰਚ ਕੀਤੇ, ਬਾਕੀ 362 ਕਰੋੜ ਰੁਪਈਏ ਦਾ ਕੋਈ ਹਿਸਾਬ ਕਿਤਾਬ ਸਾਨੂੰ ਮਿਲਦਾ ਨਹੀਂ ਪਿਆ। ਅੱਗੇ ਉਹਨੇ ਕਿਹਾ ਕਿ ਫਾਈਨਾਂਸ ਕਮਿਸ਼ਨ ਦੇ ਇਨਸੈਂਟਿਵ ਲਈ 125 ਕਰੋੜ ਰੁਪਈਏ ਇਹਨਾਂ ਨੇ ਦਿੱਤੇ ਨੀ, ਔਰ ਇਹਨੇ ਕਿਹਾ ਕਿ ਫਾਈਨਾਂਸ ਮਿਨਿਸਟਰ ਨੇ ਇਹ ਇੰਸ਼ੋਰੈਂਸ ਦਿੱਤੀ ਸੀ ਕਿ ਉਹਦਾ ਖੁਲਾਸਾ ਕੁੱਝ ਹੋਰ ਹੀ ਨਿਕਲਿਆ। ਨਾਲ ਇਹਨੇ ਕਿਹਾ ਕਿ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ 20,000 ਕਰੋੜ ਰੁਪਏ ਦੀ ਜ਼ਮੀਨ ਨੱਪੀ ਹੋਈ ਆ। ਇਹ ਨਵਜੋਤ ਸਿੱਧੂ ਦੇ ਕੁਛ ਬਿਆਨ ਆ ਜਿਹੜੇ ਕਿ ਸੋਚਣ ਲਈ ਮਜਬੂਰ ਕਰਦੇ ਆ ਕਿ ਅੰਮ੍ਰਿਤਸਰ ਦੇ ਵਿੱਚ ਹੀ, ਇਕੱਲੇ ਅੰਮ੍ਰਿਤਸਰ ਦੇ ਵਿੱਚ ਹੀ 20,000 ਕਰੋੜ ਰੁਪਏ ਦੀ ਜ਼ਮੀਨ ਜਿਹੜੀ ਆ ਉਹ ਅਕਾਲੀ ਭਾਜਪਾ ਦੇ ਲੀਡਰਾਂ ਨੇ ਨੱਪੀ ਆ। ਇਹ ਬਹੁਤ ਵੱਡੀ ਰਕਮ ਆ। ਦੂਜੀ ਗੱਲ ਇਹਨੇ ਇੱਕ ਹੋਰ ਕਹੀ, ਇਹਨੇ ਆਖਿਆ ਕਿ ਇੱਕ ਸੜਕ, ਮੇਰੇ ਖਿਆਲ ਦੇ ਨਾਲ ਅੰਮ੍ਰਿਤਸਰ ਦੀ ਸੜਕ ਬਾਰੇ ਕਹਿ ਰਿਹਾ ਸੀ, ਉਹ ਕਹਿੰਦਾ ਕਿ ਇੱਕ ਸੜਕ ਨੂੰ 3 ਵਾਰ ਬਣਾਇਆ ਗਿਆ ਤੇ 3 ਵਾਰ ਠੇਕਾ ਜਿਹੜਾ ਉਹ ਇਹਨਾਂ ਨੇ ਆਪਦੇ ਰਿਸ਼ਤੇਦਾਰਾਂ ਨੂੰ ਦਿੱਤਾ। ਹੁਣ ਕਹਿੰਦਾ ਕਿ ਇਹ ਠੇਕਾ ਵਾਰ ਵਾਰ ਇੱਕ ਬੰਦੇ ਕੋਲ ਕਿਉਂ ਜਾਂਦਾ ਸੀ ਔਰ ਇਹ ਸੜਕ ਵਾਰ ਵਾਰ ਕਿਉਂ ਬਣਾਈ ਜਾਂਦੀ ਸੀ, ਇਹਦੇ ਇਹੋ ਹੀ ਦੱਸਣਗੇ। ਸੋ ਨਵਜੋਤ ਸਿੱਧੂ ਨੇ ਇੱਕ ਵਾਰ ਫਿਰ ਇਹਨਾਂ ਨੂੰ ਨਿਸ਼ਾਨੇ ਤੇ ਰੱਖਿਆ, ਪਰ ਪਤਾ ਨੀ ਕਿਉਂ ਨਵਜੋਤ ਸਿੱਧੂ ਬਾਰੇ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਉਹ ਹਾਲੇ ਵੀ ਰੈਲੀਆਂ 'ਚ ਤੁਰਿਆ ਫਿਰਦਾ। ਇਹਦੇ ਨਾਲ ਦਿਆਂ ਨੂੰ ਦੱਸਣਾ ਚਾਹੀਦਾ ਕਿ ਹੁਣ ਤੁਸੀਂ ਵਿਸਲਾਂ ਮਾਰਨ ਵਾਲੇ ਬੱਸ ਦੇ ਹੈਲਪਰ ਨੇ, ਡਰਾਈਵਰ ਸੀਟ ਤੇ ਬੈਠੇ ਡਰਾਈਵਰ ਜੇ, ਜੇ ਤੁਹਾਨੂੰ ਲੱਗਦਾ ਕੋਈ ਘਪਲਾ ਹੋਇਆ, ਕਿਸੇ ਨੇ ਮਾਲ ਖਾਧਾ ਤੇ ਉਹਦੀ ਸੰਗੀ ਕੁੱਟ ਕੇ ਮਾਲ ਕੱਢ ਕੇ ਲਿਆਓ। ਲੋਕਾਂ ਨੂੰ ਦੱਸੋ ਕਿ ਆਹ ਇਹਨਾਂ ਨੇ ਇੰਨਾ ਛਕਿਆ ਛਕਾਇਆ ਸੀ, ਆਹ ਅਸੀਂ ਇਹਨਾਂ ਦੀਆਂ ਆਂਦਰਾਂ ਚੋਂ ਢਿੱਡ ਪਾ ਕੇ ਕੱਢੇ, ਢਿੱਡ ਚੋਂ ਆਂਦਰਾਂ ਰਾਹੀਂ ਕੱਢਿਆ, ਆਹ ਦੇਖੋ ਆਹ ਤੁਹਾਡੀ ਲੁੱਟ ਖਸੁੱਟ ਦਾ ਸਮਾਨ ਪਿਆ। ਤੇ ਲੋਕ ਮੰਨਣ ਜਿਹੜੀ ਆਹ ਗੱਲ ਕਹਿੰਦੇ ਆ ਨਾ ਕਿ ਘਪਲਾ ਹੋਇਆ ਜੀ, ਘਪਲਾ ਹੋਇਆ। ਰਾਜ ਕਰਮਵੀਰ ਸਿੰਘ ਜੀ, ਘਪਲੇ ਇੰਨੇ ਹੋਇਆ, ਇੰਨੇ ਹੋਇਆ, ਔਰ ਇੰਨੀਆਂ ਖਬਰਾਂ, ਇੰਨੀਆਂ ਚਰਚਾਵਾਂ ਘਪਲਿਆਂ ਦੀਆਂ ਪੰਜਾਬ ਦੇ ਵਿੱਚ ਚੱਲੀਆਂ, ਹੁਣ ਤੇ ਪੰਜਾਬ ਦੇ ਖੇਤਾਂ 'ਚ ਖੜੀਆਂ
ਟਾਹਲੀਆਂ ਬੇਰੀਆਂ ਨੂੰ ਵੀ ਇਹਨਾਂ ਚੀਜ਼ਾਂ ਦਾ ਪਤਾ ਕਿ ਚੀਜ਼ਾਂ ਹੋਈਆਂ ਨੇ, ਪਰ ਉਹਨਾਂ ਚੀਜ਼ਾਂ ਨੂੰ ਸਾਬਤ ਤੇ ਕਰੇ ਨਾ ਇਹ ਸਰਕਾਰ, ਉਹ ਕਿਹੜੇ ਲੋਕ ਸੀ ਜਿਨ੍ਹਾਂ ਨੇ ਇਸ ਪੰਜਾਬ ਨੂੰ ਨੋਚ ਨੋਚ ਕੇ ਖਾਧਾ, ਉਹਨਾਂ ਨੂੰ ਕੋਈ ਸਜ਼ਾ ਤੇ ਮਿਲਣੀ ਚਾਹੀਦੀ ਹੈ? ਇਕੱਲੇ ਬਿਆਨਾਂ ਤੱਕ ਹੀ ਸੀਮਿਤ ਜੇ ਇਹਨਾਂ ਨੇ ਰਹਿਣਾ ਤੇ ਫਿਰ ਨਵਜੋਤ ਸਿੱਧੂ ਜਾਂ ਕੈਪਟਨ ਸਰਕਾਰ ਇਹ ਜਿਹੜੀ ਆ ਫਿਰ ਉਹ ਪ੍ਰਭਾਵ ਨਹੀਂ ਪਾ ਸਕੇਗੀ ਜਿਸ ਪ੍ਰਭਾਵ ਨੂੰ ਲੋਕ ਉਡੀਕਦੇ ਪਏ ਆ। ਜੀ ਜੀ ਬਿਲਕੁਲ ਬਿਲਕੁਲ। ਅਤੇ ਮਿੰਟੂ ਜੀ, ਜਾਂਦੇ ਜਾਂਦੇ ਜੇ ਆਪਾਂ ਇੱਕ ਗੱਲ ਕਰ ਲਈਏ ਵੀ ਨਸ਼ੇੜੀ ਨੇ ਆਪਣੀ 7 ਮਹੀਨੇ ਆ ਦਿੱਤੀ ਨਹਿਰ ਦੇ ਵਿੱਚ ਸੁੱਟੀ। ਬੜੀ ਤ੍ਰਾਸਦੀ ਤੇ ਬੜੀ ਦੁਖਾਂਤ ਵਾਲੀ ਖਬਰ ਆ ਜੀ ਰਾਜਕਰਨਵੀਰ ਸਿੰਘ ਜੀ, ਕਿ ਦੇਖੋ ਧੀਆਂ ਦੀ ਇੰਨੀ ਬੇਕਦਰੀ ਔਰ ਸਿਰਫ ਤੇ ਸਿਰਫ ਨਸ਼ੇ ਕਰਕੇ। ਇਸ ਪਰਿਵਾਰ ਦੇ ਇਸ ਦੁਖਾਂਤ ਦੀ ਕਹਾਣੀ ਜਿਹੜੀ ਉਹ ਨਸ਼ੇ ਦੇ ਇਰਦ ਗਿਰਦ ਹੀ ਘੁੰਮਦੀ ਹੈ। ਇਹ ਕਹਾਣੀ ਵੈਸੇ ਹੈ ਪਿੰਡ ਪੱਟੀਆਂ ਦੀ ਜਿਹੜਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ, ਕਾਨੂੰਵਾਲ ਥਾਣਾ ਉੱਥੇ ਉਸ ਥਾਣੇ ਦੇ ਅਧੀਨ ਪੈਂਦਾ ਪਿੰਡ ਪੱਟੀਆਂ। ਇਸ ਪਿੰਡ ਦਾ ਡਰਾਈਵਰ ਸੀਗਾ ਕੁਲਵੰਤ ਸਿੰਘ ਉਰਫ ਮਿੱਠੂ, ਉਹ ਟਰੱਕ ਡਰਾਈਵਰ ਸੀਗਾ ਪੇਸ਼ੇ ਤੋਂ। ਸ਼ਾਦੀ ਹੋਈ ਕਿਸੇ ਕੁੜੀ ਦੇ ਨਾਲ, ਅਗਾਂਹ 3 ਬੇਟੀਆਂ ਹੋ ਗਈਆਂ। ਜਿਹੜੀ ਸਭ ਤੋਂ ਛੋਟੀ ਬੇਟੀ ਸੀਗੀ ਉਹਦੇ ਹੋਏ ਤੋਂ ਫਿਰ ਥੋੜਾ ਰੌਲਾ ਪੈ ਗਿਆ, ਕਿਉਂਕਿ ਧੀਆਂ ਜਿਹੜੀਆਂ ਤੁਹਾਨੂੰ ਪਤਾ ਰੜਕਣ ਲੱਗ ਪੈਂਦੀਆਂ। ਫਿਰ ਮਾਰ ਕੁੱਟ ਸ਼ੁਰੂ ਹੋ ਗਈ, ਬੋਲ ਬੁਲਾਰਾ ਸ਼ੁਰੂ ਹੋ ਗਿਆ। ਉਹਦੀ ਪਤਨੀ ਲੜਕੇ ਤੇ ਪੇਕੇ ਚਲੇ ਗਈ ਤੇ ਚਲੋ ਠੰਡ ਠੰਡੋਰਾ ਹੋ ਗਿਆ। ਵਾਪਸ ਆ ਗਈ ਉਹ ਕੁੜੀ, ਵਾਪਸ ਆਈ ਤੇ ਫਿਰ ਇਹਨੇ ਰੌਲਾ ਪਾ ਲਿਆ, ਕਹਿੰਦਾ ਕਿ ਤਲਾਕ ਦੇ ਮੈਨੂੰ, ਤਲਾਕ ਦੇ ਤਲਾਕ ਦੇ। ਉਹ ਫਿਰ ਲੜਕੋ ਕੇ ਤੇ ਪੇਕੇ ਚਲੇ ਗਈ। ਪਰ ਜਿਹੜੀ ਛੋਟੀ ਬੱਚੀ ਸੀ, ਸਭ ਤੋਂ ਛੋਟੀ ਜਿਹੜੀ ਕਿ 7 ਕੁ ਮਹੀਨਿਆਂ ਦੀ ਸੀ, ਉਹ ਇਹਦੇ ਕੋਲ ਰਹਿ ਗਈ। ਇਹ ਉਹਨੂੰ ਖਿਡਾਉਂਦਾ 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 ਬਾਹਰ ਲੈ ਗਿਆ, ਬਾਹਰ ਲੈ ਗਿਆ, ਕਿੱਥੇ ਲੈ ਗਿਆ ਪਤਾ ਹੀ ਨਹੀਂ। ਜਦੋਂ ਘਰੇ ਮੁੜਿਆ ਤੇ ਖਾਲੀ ਹੱਥ ਮੁੜਿਆ। ਉਹਦੇ ਵੱਡੇ ਭਰਾ ਨੇ ਪੁੱਛਿਆ ਕਿ ਤੂੰ ਜਵਾਕੜੀ ਨੂੰ ਲੈ ਕੇ ਗਿਆ ਹੈ ਨਾਲ, ਕਿੱਥੇ ਆ? ਕਹਿੰਦਾ ਇੱਥੇ ਜੀ, ਇੱਥੇ 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 ਉੱਥੇ ਆ। ਜਦੋਂ ਉਹਨਾਂ ਨੂੰ ਸ਼ੱਕ ਹੋਇਆ, ਉਹਨਾਂ ਨੇ ਆਖਿਆ ਬੰਦਾ ਬਣ ਕੇ ਦੱਸ ਦੇ ਕਿ ਉੱਥੋਂ ਭੱਜ ਵਗਾ ਭੱਜ ਵਗਾ। ਜਦੋਂ ਉਹਨਾਂ ਨੇ ਰੌਲਾ ਪਾਤਾ ਜਵਾਕੜੀ ਕਿੱਥੇ ਛੱਡਿਆ, ਜਵਾਕੜੀ ਕਿੱਥੇ ਛੱਡਿਆ, ਬਾਅਦ ਵਿੱਚ ਇਹਨੂੰ ਫੜਿਆ ਗਿਆ। ਫੜ ਕੇ ਜਦੋਂ ਥੋੜੀ ਜਿਹੀ ਸਖਤੀ ਨਾਲ ਪੁੱਛਿਆ ਗਿਆ ਤੇ ਮੰਨ ਗਿਆ ਕਿ ਜਿਹੜੀ ਪਿੰਡ ਕੋਲ ਨਹਿਰ ਲੰਘਦੀ ਹੈ, ਮੈਂ ਉਸ ਨਹਿਰ ਦੇ ਵਿੱਚ ਬੱਚੀ ਨੂੰ ਸੁੱਟਿਆ। ਲਾਸ਼ ਲੱਭਣ ਲਈ ਜਦੋਂ ਜਦ ਜਾਰੀ ਹੈ, ਲਾਸ਼ ਹਾਲੇ ਤੱਕ ਉਸ ਬੱਚੀ ਦੀ ਲੱਭੀ ਨਹੀਂ ਸੀ। ਪਤਾ ਨਹੀਂ ਕਿੱਥੇ ਸੁੱਟੀ ਹੈ ਕਿੱਥੇ ਨਹੀਂ, ਕਿਉਂਕਿ ਨਸ਼ਾ ਉਹਨੇ ਉਸ ਸਮੇਂ ਬਹੁਤ ਜ਼ਿਆਦਾ ਕੀਤਾ ਹੋਇਆ ਸੀਗਾ। ਸੋ ਨਸ਼ੇ ਨਸ਼ੇ ਦੇ ਵਿੱਚ ਹੀ ਉਹ ਇਹੋ ਜਿਹਾ ਪਾਪ ਕਰ ਰਿਹਾ, ਇਹੋ ਜਿਹਾ ਕੁਕਰਮ ਕਰ ਰਿਹਾ ਜਿਹਦੀ ਸਜ਼ਾ ਨਾ ਸਿਰਫ ਉਹਨੇ ਭੋਗਣੀ ਆ, ਬਲਕਿ ਉਹਦੀ ਉਸ ਬੱਚੀ ਦੀ ਮਾਂ ਨੇ ਵੀ, ਉਸ ਬੱਚੀ ਦੀ ਮਾਂ ਨੇ ਵੀ, ਪਿਓ ਨੇ ਵੀ, ਔਰ ਜਿਹੜਾ ਟੱਬਰ ਇਹਦਾ ਪਿੱਛੇ ਬਚ ਗਿਆ ਇਹਨੇ ਵੀ। ਇੱਕ ਨਸ਼ੇ ਨੇ ਇੰਨੀਆਂ ਜ਼ਿੰਦਗੀਆਂ ਨੂੰ ਵਕਤ ਪਾ ਦਿੱਤਾ, ਤੇ ਵਕਤ ਕੋਈ ਵਕਤੀ ਤੌਰ ਦਾ ਨਹੀਂ ਕਿ 1 ਮਹੀਨੇ 2 ਮਹੀਨੇ 6 ਮਹੀਨੇ ਦਾ। ਜੇ ਇਸ ਕੇਸ ਦੇ ਵਿੱਚ ਇਸ ਪਾਪ ਦੇ ਵਿੱਚ ਸਜ਼ਾ ਹੋ ਗਈ ਤੇ ਆਪ ਤੇ ਭੁਗਤੇਗਾ ਪਿੱਛੇ ਬਹੁਤ ਸਾਰੇ ਮਹੀਨਿਆਂ ਲਈ, ਸਾਲਾਂ ਲਈ ਦੂਜੇ ਟੱਬਰ ਵੀ ਭੁਗਤਦੇ ਰਹਿਣਗੇ। ਜੀ ਬਿਲਕੁਲ ਬਿਲਕੁਲ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਅਤੇ ਸਰੋਤੇ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।